ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅੱਡਾ 24/7 'ਤੇ। ਮੇਰਾ ਨਾਮ ਹੈ ਗਗਨ, ਅਤੇ ਹਾਂਜੀ ਸਵੇਰ ਵਾਲੀ ਕਲਾਸ ਹੁਣ ਹੋ ਰਹੀ ਹੈ। ਠੀਕ ਹੈ ਜੀ, ਸੋਰੀ ਉਹਦੇ ਲਈ, ਸਵੇਰੇ ਕੁਝ ਟੈਕਨੀਕਲ ਫਾਲਟ ਆ ਗਿਆ ਸੀ ਤਾਂ ਕਰਕੇ ਕਲਾਸ ਨੂੰ ਸਾਨੂੰ ਰੀਸ਼ਡਿਊਲ ਕਰਨਾ ਪਿਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਹੈਪੀ ਨਿਊ ਈਅਰ। ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਉ, ਫਿਰ ਆਪਾਂ ਸ਼ੁਰੂ ਕਰਦੇ ਹਾਂ ਛੇਤੀ ਛੇਤੀ ਕਲਾਸ ਨੂੰ। ਤਾਂ ਜੀ ਦੇਖੋ, ਕਾਫੀ ਸਾਰੇ ਕਰੰਟ ਅਫੇਅਰ ਨੇ, ਆਪਾਂ ਥੋੜ੍ਹਾ ਤੇਜ਼ ਚੱਲਾਂਗੇ, ਥੋੜ੍ਹਾ ਛੇਤੀ ਛੇਤੀ ਚੱਲਾਂਗੇ ਕਿਉਂਕਿ ਕਰੰਟ ਅਫੇਅਰ ਹੋ ਗਏ ਕਾਫੀ ਸਾਰੇ ਹੁਣ। ਕਿਉਂ ਹੋ ਗਏ? ਕਿਉਂਕਿ ਉਹੀ ਗੱਲ ਹੈ, 31 ਤਰੀਕ ਦੀ ਕਲਾਸ ਲੱਗੀ ਹੋਈ ਹੈ ਸਾਡੀ। 31 ਤਰੀਕ ਤੋਂ ਬਾਅਦ ਇੱਕ ਲੰਘ ਹੈ, ਦੋ ਲੰਘ ਹੈ ਅਤੇ 31 ਵਾਲੇ ਵੀ ਸਾਡੇ ਜਿਹੜੇ ਕਰੰਟ ਅਫੇਅਰ ਨੇ, ਤਾਂ 3 ਦਿਨਾਂ ਦੇ ਕਰੰਟ ਅਫੇਅਰ ਨੇ ਆਪਾਂ ਕਰਨੇ ਨੇ। ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ, ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਛੇਤੀ ਛੇਤੀ ਚੱਲਦੇ ਹਾਂ। ਠੀਕ ਹੈ ਜੀ, ਹਾਂਜੀ, ਗੁੱਡ ਆਫਟਰਨੂਨ ਸਾਰਿਆਂ ਨੂੰ, ਸਾਰਿਆਂ ਨੂੰ ਹੈਪੀ ਨਿਊ ਈਅਰ ਆ, ਹੈ ਨਾ। ਚਲੋ ਫਿਰ ਸ਼ੁਰੂ ਕਰਦੇ, ਬਹੁਤ ਸਾਰੇ ਕੁਸ਼ਚਨ ਨੇ, ਛੇਤੀ 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 ਚੱਲਾਂਗੇ। ਪਹਿਲਾਂ ਤਾਂ ਆਪਾਂ ਜਿਹੜੇ ਪੁਰਾਣੇ ਨੇ ਆਪਾਂ ਪਹਿਲੇ ਉਹ ਕਰਾਂਗੇ, ਕਿ ਰਿਵਾਈਜ਼ ਕਰਾਂਗੇ ਪਹਿਲੇ ਪੁਰਾਣੇ ਵਾਲੇ ਜਿਹੜੇ ਹੁੰਦੇ ਨਾ। ਚਲੋ ਹਾਂ, ਤਾਂ ਜੀ ਅਟਲ ਰੈਂਕਿੰਗ ਆਫ ਇੰਸਟੀਟਿਊਸ਼ਨ ਔਨ ਹੈਜ਼ ਰੈਂਕ ਡੈਸ਼ ਐਜ ਦਾ ਮੋਸਟ ਇਨੋਵੇਟਿਵ ਇੰਸਟੀਟਿਊਟ ਫੋਰ ਦਾ 3rd ਈਅਰ ਇਨ ਅ ਰੋ। ਤਾਂ ਜੀ ਤੀਜੇ ਸਾਲ ਲਗਾਤਾਰ ਅਟਲ ਰੈਂਕਿੰਗ ਆਫ ਇੰਸਟੀਟਿਊਸ਼ਨ ਐਂਡ ਔਨ ਇਨੋਵੇਸ਼ਨ ਅਚੀਵਮੈਂਟਸ ਨੇ ARIIA ਨੇ ਲਗਾਤਾਰ ਤੀਜੇ ਸਾਲ ਕਿਹਨੂੰ ਸਭ ਤੋਂ ਨਵੀਨਤਾਕਾਰੀ ਸੰਸਥਾ ਵਜੋਂ ਦਰਜਾ ਦਿੱਤਾ? IIT ਬੰਬੇ, ਦਿੱਲੀ, ਕਾਨਪੁਰ ਜਾਂ ਮਦਰਾਸ? ਇਹ ਪਿਛਲੇ ਨੇ, ਪੁਰਾਣੇ ਨੇ ਦੁਬਾਰਾ ਕਹਿ ਦੇਣਾ, ਹਜੇ ਰਿਵੀਜ਼ਨ ਹੋ ਗਈ ਪਿਛਲੇ ਵਾਲੇ, ਥੋੜ੍ਹੇ ਜਿਹੜੇ ਆਪਾਂ ਇੱਕ ਦਿਨ ਪੁਰਾਣੇ ਜਿਹੜੀ ਆਪਾਂ ਰਿਵੀਜ਼ਨ ਕਰਦੇ ਨੇ, ਹਜੇ ਪਹਿਲਾਂ ਉਹ ਕਰਾਂਗੇ ਫਿਰ ਉਹ ਤੋਂ ਬਾਅਦ ਚੱਲਾਂਗੇ। ਤਾਂ ਇਹਦਾ ਆਂਸਰ ਕੀ ਹੋਜੂਗਾ? ਤਾਂ ਇਹਦਾ ਆਂਸਰ ਹੋਜੂਗਾ ਜੀ, ਇਹਦਾ ਆਂਸਰ ਹੋ ਜਾਂਦਾ ਜੀ ਕਾਨਪੁਰ, ਸੋਰੀ IIT ਮਦਰਾਸ ਹੋ ਜਾਂਦਾ ਇਹਦਾ ਆਂਸਰ, ਆਪਾਂ ਗੱਲ ਕੀਤੀ ਸੀ ਪਿਛਲੀ ਵਾਰ। ਤਾਂ ਜੀ ਮਿਨਿਸਟਰੀ ਆਫ ਐਜੂਕੇਸ਼ਨ ਇਨੋਵੇਸ਼ਨ ਰੈਂਕਿੰਗ ਵਿੱਚ ਜਿਹੜੀ 2021 ਨੂੰ ਆਈ, ਇਹ IIT ਮਦਰਾਸ ਹੈਜ਼ ਬੀਨ ਰਿਕੋਗਨਾਈਜ਼ਡ ਐਜ਼ ਦਾ ਮੋਸਟ ਇਨੋਵੇਟਿਵ ਐਜੂਕੇਸ਼ਨ ਇੰਸਟੀਟਿਊਟ ਇਨ ਇੰਡੀਆ। ਇਹ ਤੀਜੀ ਵਾਰੀ ਲਗਾਤਾਰ ਹੈ ਜਿਹੜਾ IIT ਮਦਰਾਸ ਹੈ, ਇਹਨੇ ਫਸਟ ਰੈਂਕ ਹਾਸਿਲ ਕੀਤੀ ਹੈ। IIT ਬੰਬੇ ਅਤੇ IIT ਦਿੱਲੀ ਦੂਜੇ ਅਤੇ 3rd ਪੋਜੀਸ਼ਨ 'ਤੇ ਸੀਗੇ। ਇਹ ਆਪਾਂ ਕਰ ਚੁੱਕੇ ਹਾਂ, ਦੁਬਾਰਾ ਦੱਸ ਦਿੰਦੇ, ਇੱਕ ਆਪਾਂ ਇਹ ਸਾਰੇ ਕਰ ਚੁੱਕੇ ਹਾਂ, ਰਿਵੀਜ਼ਨ ਹੋ ਰਹੀ ਹੈ ਇੱਕ ਵਾਰ, ਹੈ ਨਾ। ਚਲੋ ਅਗਲਾ, ਫਿਰ ਇਹ ਪਿਛਲੀ ਵਾਰੀ ਕੁਛ ਗਲਤੀ ਰਹਿ ਗਈ ਸੀ, ਇਹਨਾਂ ਨੇ 200 ਵਿਕਟ ਲਏ ਨੇ, ਮੈਂ ਲਿਖ 500 ਦਿੱਤਾ ਸੀ, ਪਤਾ ਨਹੀਂ ਦਿਮਾਗ 'ਚ ਵੀ ਮੇਰੇ 200 ਹੀ ਸੀ, ਮੈਂ ਲਿਖ 500 ਦੇ ਦਿੰਦਾ ਜੀ। 200 ਵਿਕਟ ਲੈਣ ਵਾਲੇ ਇਹ 5th ਇੰਡੀਅਨ ਪੇਸਰ ਬਣੇ ਨੇ, 11th ਓਵਰਆਲ ਬਣੇ ਨੇ। ਓਵਰਆਲ ਦਾ ਮਤਲਬ ਹੁੰਦਾ ਜਿਹੜੇ ਸਲੋ ਬੋਲਿੰਗ ਵੀ ਕਰਦੇ ਨਾ, ਜਿਹਨੂੰ ਆਪਾਂ ਸਪਿਨ ਕਹਿੰਦੇ ਹਾਂ, ਸਪਿਨ ਵਾਲੇ ਅਤੇ ਫਾਸਟ ਵਾਲੇ ਮਿਲਾ ਕੇ ਟੋਟਲ ਹੁੰਦੇ ਨੇ ਇੰਡੀਆ ਵੱਲੋਂ 11, ਅਤੇ ਇਹ 200 ਵਿਕਟ ਲੈਣ ਵਾਲੇ 5ਵੇਂ ਪੇਸਰ ਬਣ ਜਾਂਦੇ ਨੇ। ਠੀਕ ਹੈ ਜੀ, 3rd ਫਾਸਟੈਸਟ ਹੈ, ਸਭ ਤੋਂ ਫਾਸਟੈਸਟ ਸੀਗੇ ਕਪਿਲ ਦੇਵ, ਉਹ ਤੋਂ ਬਾਅਦ ਸੀਗੇ ਜਵਾਗਰ ਸ਼੍ਰੀਨਾਥ, ਫਿਰ 3ਜੇ ਨੰਬਰ 'ਤੇ ਆਉਂਦੇ ਮੁਹੰਮਦ ਸ਼ਾਮੀ। ਇਹ ਗੱਲਾਂ ਧਿਆਨ ਰੱਖਾਂਗੇ ਆਪਾਂ। ਵੋਲਿਊਮ ਬਹੁਤ ਘੱਟ ਆ ਰਹੀ ਹੈ, 1 ਮਿੰਟ ਦਿਓ। ਵੋਲਿਊਮ ਦਾ ਤਾਂ ਮੈਨੂੰ ਵੀ ਸਮਝ ਨਹੀਂ ਆ ਰਿਹਾ, ਕੁਛ ਪ੍ਰੋਬਲਮ ਚੱਲੀ ਹੋਈ ਆ, ਹੁਣ ਦੇਖਦੇ ਹਾਂ ਥੋੜ੍ਹਾ ਠੀਕ ਹੋ ਸਕਦਾ ਨਾ। ਤਾਂ ਜੀ ਬੈਟ ਬਿਕੇਮ ਦਾ ਫਸਟ ਪਲੇਅਰ ਇਨ NBA ਹਿਸਟਰੀ ਜਿਹਨੇ 3000 ਪੁਆਇੰਟਰ ਆਫ ਹਿਸ ਕਰੀਅਰ ਮਾਰੇ ਅਗੇਂਸਟ ਡੈਨਵਰ ਨਗੇਟਸ, ਗੋਲਡਨ ਸਟੇਟ ਵਾਰੀਅਰ ਵੱਲੋਂ ਖੇਡਦਾ ਸੀ, ਨਾ ਕੀ ਹੈ ਲੈਬਰੋਨ ਜੇਮਸ, ਕੈਵਿਨ ਡਿਊਰੈਂਟ, ਸਟੀਫਨ ਕਰੀ ਜਾਂ ਫਿਰ ਨਨ ਆਫ ਦਾ ਅਬਵ। ਤਾਂ ਜੀ ਵੈਸੇ ਵੀ ਪਿਛਲੀ ਵਾਰੀ ਹਿਸਟਰੀ 'ਚ ਪਹਿਲੀ ਵਾਰੀ ਕੋਈ ਹੋਇਆ ਜਿਹਨੇ 3003 ਪੁਆਇੰਟਰ ਮਾਰਤੇ, ਦੱਸਦੀ ਹੈ ਤੁਹਾਨੂੰ ਬਾਸਕਿਟਬਾਲ ਨਾਲ ਰਿਲੇਟਿਡ ਹੈ, ਬਾਸਕਿਟਬਾਲ ਨਾਲ ਰਿਲੇਟਿਡ ਹੈ। ਤਾਂ ਇਹਦਾ ਆਂਸਰ ਕੀ ਹੋਜੂਗਾ, ਕਿਹੜੀ ਟੀਮ ਤੋਂ ਖੇਡਦੇ ਖੇਡਦਾ ਗੋਲਡਨ ਸਟੇਟ ਵਾਰੀਅਰਸ ਤੋਂ ਖੇਡਦਾ, ਇਹਦਾ ਨਾਂ ਹੈ ਜੀ ਸਟੀਫਨ ਕਰੀ, ਇਹਦਾ ਨਾਂ ਸਟੀਫਨ ਕਰੀ ਹੈ। ਕਿਹੜੀ ਟੀਮ ਤੋਂ ਖੇਡਦਾ? ਗੋਲਡਨ ਸਟੇਟ ਵਾਰੀਅਰ, USA ਤੋਂ ਬਿਲੋਂਗ ਕਰਦਾ, USA ਤੋਂ। ਠੀਕ ਹੈ, ਚਲੋ ਇਹ ਸੀ ਇਹਨਾਂ ਦੀ ਗੋਲਡਨ ਸਟੇਟ ਵਾਰੀਅਰ ਅਤੇ ਸਟੀਫਨ ਕਰੀ ਬਾਈ ਜੀ ਦਾ ਨਾਂ ਹੈ, ਅਤੇ 3003 ਪੁਆਇੰਟਰ ਮਾਰੇ ਨੇ ਬਾਈ ਨੇ, ਕਿਹਨੇ 3000, ਗੱਲ ਧਿਆਨ ਰੱਖਣੀ, ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿਸੇ ਨੇ 3000 ਮਾਰੇ ਨੇ। ਸ਼ਾਸ਼ਾ ਬਹੁਤ ਹੋ ਗਈ, ਠੀਕ ਨਹੀਂ ਆ ਰਹੀ ਵਾਲੀਊਮ, ਵਾਲੀਊਮ ਤਾਂ ਕੀ ਕਰੀ ਆ, ਪਤਾ ਨਹੀਂ ਕੀ ਚੱਕਰ ਪੈ ਰਿਹਾ ਇੱਥੇ, ਚਲੋ ਦੇਖਦੇ ਹਾਂ ਕੋਈ ਨਾ। ਵਿਚ ਇਹ ਦਾ ਓਲਡੈਸਟ ਫੁੱਟਬਾਲ ਕੰਪੀਟੀਸ਼ਨ ਇਨ ਦਾ ਵਰਲਡ, ਇਹ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਇੱਕ ਕੀ ਕਹਿੰਦੇ ਰੈਫਰੀ ਸੀ, ਜਿਹੜੀ ਵੁਮਨ ਰੈਫਰੀ ਸੀ, ਜਿਹਨੇ FA ਕੱਪ ਵਿੱਚ ਜਿਹਨੇ ਕੀਤਾ ਸੀ, FA ਕੱਪ ਵਿੱਚ ਜਿਹਨੇ ਕੀਤਾ ਸੀ, ਤਾਂ ਉਦੋਂ ਆਪਾਂ ਦੱਸਿਆ ਸੀ ਵੀ FA ਕੱਪ ਹੀ ਸਭ ਤੋਂ ਪੁਰਾਣਾ ਟੂਰਨਾਮੈਂਟ ਹੋ ਜਾਂਦਾ ਹੈ। 1 ਮਿੰਟ ਦਿਓ, ਮੈਂ ਵਾਲੀਊਮ ਦਾ ਦੇਖ ਲੈਣਾ ਕੁਛ ਕੀ ਹਿਸਾਬ ਕਿਤਾਬ ਚੱਲ ਰਿਹਾ। ਕਾਫੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਵਾਇਸ ਕੀ ਕਰੀਏ, ਵਾਇਸ ਤਾਂ ਸਮਝ ਨਹੀਂ ਆ ਰਿਹਾ ਕੁਛ, ਵਾਇਸ ਦਾ ਕੀ ਹਿਸਾਬ ਕਿਤਾਬ ਹੈ, 1 ਮਿੰਟ ਦਿਓ ਮੈਨੂੰ, ਵਾਇਸ ਤਾਂ ਦੇਖ ਲਿਆ। ਹੁਣ ਠੀਕ ਹੈ ਜੀ ਆਵਾਜ਼? ਹੈਲੋ,
नहीं हूँ भी कितने ठीक है आज। हूँ ठीक है जी बात। हेलो 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 ठीक फोन हूँ ठीक ठीक है? है फोन हूँ ठीक ठीक हो हूँ। नहीं आई? मैं मे भी बी आज बात बेटा बेटा आप ठीक ठीक है है? हूँ सही सही है है ना? ना ठीक ठीक है? है चलो चलो फोन हूँ ठीक ठीक है। है। चलिए ताजमहल हम शुरू शुरू करते करते हैं हैं कि जी आपका आपका केडी केडी सीरीज केडी में सीरीज में ओल्डेस्ट ओल्डेस्ट केडी केडी फुटबॉल फुटबॉल टूर्नामेंट टूर्नामेंट है दुनिया दुनिया विच विच केड़ा केड़ा हो हो गया गया हो वो जाता जाता है है जी। जी। एफए एफए कप कप हो हो जाता जाता है। है। आप आप पिछली पिछली बारी बारी गल गल की की थी थी ज्यादा ज्यादा बार बार गल गल की की थी थी याद याद होना होना चाहिए चाहिए था था तुम्हें। तुम्हें। यानी दुनिया का सब दुनिया तो का सब पुराना तो पुराना फुटबॉल फुटबॉल टूर्नामेंट है टूर्नामेंट है एफए एफए कप कप है। है। इंग्लिश इंग्लिश फुटबॉल फुटबॉल का का जेहड़ा जेहड़ा नेशनल नेशनल फुटबॉल फुटबॉल कॉम्पिटिशन है कॉम्पिटिशन है 1971 1971 72 72 विच विच है है शुरू शुरू होया होया सी सी आपां आपां गल्लां गल्लां ये ये याद याद रखनियां रखनियां ठीक ठीक है है जी। जी। 71 71 72 72 विच विच शुरू शुरू होया होया सी सी गल्लां गल्लां आपां आपां याद याद रखांगे रखांगे हुण हुण ज्यादा ज्यादा खराब खराब हो हो गई। गई। पट्ठा पट्ठा रह रह गया गया मतलब मतलब हुन हेलो हूँ ठीक है जी। आवाज तो ऐसे ही आ रही है हूँ पता नहीं प्रॉब्लम की आ रही है टूर्नामेंट वाली आ रही वॉइस। अच्छा ठीक है ना हूँ चलो कल तो कुछ देखते हैं आज तो बस इतना इतना कर लो। कल तो मैं वारदा देखता हूँ कुछ की करना वारदी पता नहीं क्यों प्रॉब्लम आ रही है। साहित्य अकेडमी अवार्ड 2021 पंजाबी भी मैं कहा थी वैसे तो किन्नी 20 लैंग्वेज भी दिता गया टोटल 24 लैंग्वेज दिता जाता है ना 20 लैंग्वेज भी दिता गया हूँ तो 24 लैंग्वेज भी दिता जाता तो इस बार पंजाब तो किन्नू मिला खाली हुसैन नू मिला किदे लिए मिला याद है किसी ने पिछली बार कराया सी मैं किन्नू किदे लिए मिला किहड़े नोवल नहीं मिले उन्होंने उन्होंने मिला सालों का 16 का सालन जरा नॉवल है खालिद हुसैन जी नूं ओहदे लई मिला तुहानूं याद होना चाहिए है घट्टो घट पंजाब दा तां आपां याद करके रखना है ना। चलो हाँ जी ये मैं फिर दोबारा दिखा देना तुहानूं पिछली बार भी वाली आपां दिखाई थी पूरी की पूरी साहित्य अकैडमी अवार्ड सीगे जिहड़े सारी की सारी लैंगुएज विच सीगे मतलब 20 लैंगुएज विच दित्ते ने हुण 4 लैंगुएज रहिंदी ने कीहड़ी ने गुजराती मैथिली मणिपुरी ते उर्दू गुजराती मैथिली मणिपुरी ते उर्दू ये 4 लैंग्वेजेस हुण रहिंदियां ने इन्हां विच आ जाऊगा अवार्ड 20 लैंग्वेज भी दिता जा चुका है। अगे चलते हैं हु हैज बीन न्यूली अपॉइंटेड एज द डिप्यूटी नेशनल एडवाइजर टू अजीत डोवाल एंड एसए डिप्यूटी नेशनल सिक्योरिटी एडवाइजर टू अजीत डोवाल किनू अपॉइंट किया गया है विक्रम मिश्री राजेंद्र खन्ना पंकज सरान या फिर दत्तात्रेय पडसल गिकर। आपां पिछली बार कराया सी दोबारे दस देना ये हजे रिविजन ही चली हुई है रिवीजन ही चली हुई है हजे ठीक है। ता जी यदा आंसर हो जाता जी विक्रम मिश्री हो जाता विक्रम मिश्री तो बाकी ये तीन ने ये तीन भी डिप्यूटी नैशनल सिक्योरिटी एडवाइजर ही ने अजीत डोवाल जी ने जो साडे नैशनल सिक्योरिटी एडवाइजर साढ़े 21 ने साडे जिहड़े कित्थे गया नैशनल सिक्योरिटी एडवाइजर ने 21 ने वो कौन ने अजीत डोवाल जी ने उन्हां अंडर 4 होंगे ने कि डिप्यूटी नैशनल सिक्योरिटी एडवाइजर ये गल्लां ध्यान रखांगे आपां ठीक है ना। चलो फिर जी आप गल की थी न्यू डेवलपमेंट बैंक बारे इन्होंने इजिप्ट नू बनाया अपना नवा मेंबर तां जी न्यू डेवलपमेंट बैंक किहदे नाल एसोसीएटेड है एससीओ सार्क ब्रिक्स या फिर बीमस्टैक ये आपां दस्सिया सी तुहानूं पिछली बार रिविजन हो रही है दोबारे दसदा जिहड़े जिहड़े पिछली क्लास लाई है उन्हां नूं ही पता होणे इन्हां दे आंसर जिन्हां नूं नहीं लाई उन्हां नूं ओबवियसली नहीं पता होणे तां जी इहदा आंसर हो जांदा है जी ब्रिक्स दे ने कौन ने ब्रिक्स दे ने सारे तुहानूं पता होणा चाहीदा इहदे अलावा बांग्लादेश हो गया यूएई हो गया ते तीजी कीहड़ी कंट्री तुसीं दस्सी थी उरूगुए है ना
मैं पिछली बार पैरागुए कहता सी उरुग्वे बांग्लादेश यूएई उरुग्वे ते हुण जिहड़ी इजिप्ट है इजिप्ट नूं भी इन्हां ने इनवाइट करता है न्यू डेवलपमेंट बैंक लिए। ठीक है ना। चलो तां जी टेलर इज द फर्स्ट प्लेयर इन द हिस्टरी टू मेक टेलर नहीं इहदा पूरा नाम है रॉस टेलर किथे है पैन इहदा पूरा नाम है रॉस टेलर इज द फर्स्ट प्लेयर इन द हिस्टरी जिन्हें 100 इंटरनेशनल क्रिकेट अपेयरेंसिस कीतिया ने तिने फॉर्मेट विच क्रिकेट दे उहदा नाम की है मतलब व्हाट्स हिज नेम आ की लिखा हुआ है आंसर ही गड़बड़ होगी थोड़ी जी। तां जी रॉस टेलर है उहदा नाम रॉस टेलर न्यूजीलैंड तो बिलोंग करता है। तां जी इह फर्स्ट प्लेयर इन द हिस्टरी सी जिन्हें T20 T20 हो गया ODI हो गया तो टैसट हो गया ता जी इन फस्ट तिने फॉरमैट में इन्हें 100 इंटरनेशनल मैच खेड वाला पहला प्लेयर बनया कि कौन है रॉस टेलर इन्हें रिटायरमेंट ले ली है तो ये थोड़ा पता क्विंटन डीकॉक है जेडे साउथ अफ्रीका तो इन्होंने भी टैसट तो रिटायरमेंट ले ली है टैसट मैच तो रिटायरमेंट ले ली है। एक होर थोड़ा दस दिना एक मुहम्मद हफीज है मुहम्मद हफीज इन्हें भी पाकिस्तान तो ने इन्होंने भी रिटायरमेंट ले ली है हमने अज की न्यूज आया था करंट अफेयर की मुहम्मद हफीज ने इन्होंने भी तो रिटायरमेंट ले ली है। चलो तो जी ये रॉस टेलर अनाउंस करती रिटायरमेंट पहले प्लेयर से इन द हिस्ट्री टू मेक 100 इंटरनेशनल अपेयरेंसिज इन ईच ऑफ द थ्री फॉरमैट क्रिकेट के थ्री फॉरमैट की गल हो रही है तो तीन फॉरमैट कि T20 ODI तीजा वाला टैसट सगा यह तिन्न की गल हो रही है। चलो इंदर ने नागालैंड विच AFSP नूं 6 होर महीने लिए वधाया शर्ता राज परेशान खेतर बिकॉज इट्स अ डिस्टर्बड एरिया तो जी AFSP एक्ट केम इन टू फोर्स इन आप पिछली बार दस्या भी नागालैंड विच वधाता 6 महीने लिए जून 2022 तक करता तो जी यह किहड़े साल विच इनू बनाया गया सी कदों एक्ट बनया सी 47 48 58 या फिर 71 किने ਤਾਂ ਜੀ ਇਹਦਾ ਆਂਸਰ ਹੋ ਜਾਂਦਾ ਜੀ 1958 ਪ੍ਰੈਜ਼ੀਡੈਂਟ ਨੇ ਐਕਟ ਨੂੰ ਅਪਰੂਵਲ ਦਿੱਤਾ ਸੀ 1958 ਵਿੱਚ। ਠੀਕ ਹੈ। ਚਲੋ ਤਾਂ ਜੀ ਇਹਦੇ ਬਾਰੇ ਉਹੀ ਗੱਲਾਂ ਵਾਸ ਪਾਸ ਬਾਈ ਬੋਥ ਹਾਊਸਿਸ ਆਫ ਦਾ ਪਾਰਲੀਮੈਂਟ ਐਂਡ ਇਟ ਵਾਸ ਅਪਰੂਵਡ ਬਾਈ ਦਾ ਪ੍ਰੈਜ਼ੀਡੈਂਟ ਔਨ ਸਤੰਬਰ 11, 1958 ਇਟ ਬਿਕੇਮ ਨੋਨ ਐਜ਼ ਦਾ ਸਪੈਸ਼ਲ ਪਾਵਰ ਐਕਟ। ਇਹ ਕਾਹਦੇ ਲਈ ਹੁੰਦਾ ਐਕਟ ਕੇਮ ਇਨ ਟੂ ਫੋਰਸ ਇਨ ਦਾ ਕੰਟੈਕਸਟ ਆਫ ਇੰਕਰੀਜ਼ਿੰਗ ਵਾਇਲੈਂਸ ਜਿਹੜੀ ਵਾਇਲੈਂਸ ਹੋ ਰਹੀ ਸੀ ਨੌਰਥ ਈਸਟਰਨ ਸਟੇਟ ਵਿੱਚ ਡਿਕੇਟਸ ਹੋ ਗਏ ਵਿੱਚ ਦਾ ਸਟੇਟ ਗਵਰਨਮੈਂਟ ਫਾਊਂਡ ਡਿਫੀਕਲਟ ਟੂ ਕੰਟਰੋਲ ਵੀ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਤੋਂ ਔਖਾ ਹੋ ਰਿਹਾ ਸੀ ਸਟੇਟ ਗਵਰਨਮੈਂਟ ਨੂੰ ਤੋਂ ਕੰਟਰੋਲ ਕਰਨਾ ਤਾਂ ਉਹਨਾਂ ਨੇ ਕਿਹਾ ਕੀ ਕਿਹਾ ਆਮ ਫੋਰਸਿਸ ਨੂੰ ਇਹ ਵਾਲਾ ਐਕਟ ਦਿੱਤਾ ਕਿ ਤੁਸੀਂ ਆਪਣੇ ਹਿਸਾਬ ਨਾਲ ਉੱਥੇ ਹੈਂਡਲ ਕਰ ਸਕਦੇ ਹੋ। ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਮੈਂ ਕਹਿਣਾ ਭੁੱਲ ਜਾਣਾ ਤੁਸੀਂ ਨਾ ਸ਼ੇਅਰ ਕਰਦੇ ਨਾ ਤੁਸੀਂ ਲਾਈਕ ਕਰਦੇ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ ਸੈਸ਼ਨ ਨੂੰ ਲਾਈਕ ਕਰ ਦਿਓ ਜੇ ਲਾਈਕ ਕਰਤਾ ਤਾਂ ਸ਼ੇਅਰ ਕਰ ਦਿਓ ਜੇ ਸ਼ੇਅਰ ਕਰਤਾ ਤਾਂ ਲਾਈਕ ਕਰ ਦਿਓ। ਠੀਕ ਹੈ। ਚਲੋ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਅ ਨਿਊ DG ਆਫ ਇੰਡੀਅਨ ਕੋਸਟ ਗਾਰਡ ਤਾਂ ਜੀ ਇਹ ਅੱਜ ਦੇ ਆ ਗਏ ਸਵਾਲ ਸ਼ਾਇਦ ਹੈ ਨਾ। ਹਾਂਜੀ ਇਹ ਅੱਜ ਦੇ ਸਵਾਲ ਆ ਚੁੱਕੇ ਨੇ ਤਾਂ ਜੀ ਪੰਜਾਬੀ ਰਹਿਣ ਦਿਓ ਪੰਜਾਬੀ 'ਚ ਗਲਤ ਲਿਖਿਆ ਹੋਇਆ ਹੈ। ਵੈਰੀ ਗੁੱਡ। ਤਾਂ ਜੀ ਨਵੇਂ DG ਆਫ ਇੰਡੀਅਨ ਕੋਸਟ ਗਾਰਡ ਦੇ ਕਿਹਨੂੰ ਅਪੁਆਇੰਟ ਕੀਤਾ ਗਿਆ ਇਹ ਕੀਤਾ ਗਿਆ ਜੀ VS ਪਠਾਨੀਆ ਜੀ ਨੂੰ ਕੀਤਾ ਗਿਆ MM ਨਰਾਮ ਨੇ ਸਾਨੂੰ ਪਤਾ ਹੋਣਾ ਜੇ ਸਾਡੇ ਇੰਡੀਅਨ ਆਰਮੀ ਦੇ ਜਿਹੜੇ ਨੇ ਆਰ ਹਰੀ ਕੁਮਾਰ VR ਚੌਧਰੀ ਯਾਦ ਹੈ ਕਿਸੇ ਨੂੰ ਕੌਣ ਕੌਣ ਨੇ ਆਰ ਹਰੀ ਕੁਮਾਰ ਅਤੇ VR ਚੌਧਰੀ ਤੁਹਾਨੂੰ ਦੱਸਦਾ ਕੌਣ ਕੌਣ ਹੈ। ਤਾਂ ਜੀ ਪਹਿਲਾਂ ਤਾਂ ਇੰਡੀਅਨ ਕੋਸਟ ਗਾਰਡ ਬਾਰੇ ਗੱਲ ਕਰ ਲੈਂਦੇ ਹਾਂ ਇੰਡੀਅਨ ਇਟ ਇਜ਼ ਐਨ ਆਰਮਡ ਫੋਰਸ ਦੈਟ ਪ੍ਰੋਟੈਕਟਸ ਇੰਡੀਅਨ ਮੈਰੀਟਾਈਮ ਇੰਟਰਸਟ ਐਨਫੋਰਸਿਸ ਮੈਰੀਟਾਈਮ ਲਾਅ ਵਿਦ ਜੁਰਿਸਡਿਕਸ਼ਨ ਓਵਰ ਦ ਟੈਰੀਟੋਰੀਅਲ ਵਾਟਰਸ ਆਫ ਇੰਡੀਆ ਇੰਕਲੂਡਿੰਗ ਇਟ ਕੰਟੀਜੂਅਸ ਜ਼ੋਨ ਐਂਡ ਐਕਸਕਲੂਸਿਵ ਇਕੋਨੋਮਿਕ ਜ਼ੋਨ EEZ ਕਹਿੰਦੇ ਨੇ। ਇੰਡੀਅਨ ਕੋਸਟ ਗਾਰਡ ਦਾ ਤੁਹਾਨੂੰ ਪਤਾ ਹੀ ਹੋਣਾ ਜਿਵੇਂ ਸਾਡੀ ਜਿਹੜਾ ਕੋਸਟਲ ਏਰੀਆ ਹੈ ਕੋਸਟਲ ਏਰੀਆ ਵਿੱਚ ਜਿੰਨੀ ਵੀ ਕੁਝ ਮੂਵਮੈਂਟ ਹੁੰਦੀ ਹੈ ਉਹ ਨੇਵੀ ਨੇ ਹੈਂਡਲ ਕਰਦਾ ਉਹ ਇੰਡੀਅਨ ਕੋਸਟ ਗਾਰਡ ਹੈਂਡਲ ਕਰਦਾ ਨਾ ਤੋਂ ਹੀ ਪਤਾ ਲੱਗਦਾ ਇੰਡੀਅਨ ਕੋਸਟ ਦੇ ਨੇੜੇ ਵਾਲੇ। ਹਿਸਟਰੀ ਕੀ ਹੈ ਫਾਰਮਲੀ ਐਸਟੈਬਲਿਸ਼ਡ ਇਨ 1970 ਗਾਰਡ ਬਾਈ ਦਾ ਕੋਸਟ ਗਾਰਡ ਐਕਟ 1978 ਐਜ਼ ਐਨ ਇੰਡੀਪੈਂਡੈਂਟ ਆਰਮ ਫੋਰਸ ਆਫ ਇੰਡੀਆ। ਇਹ ਆਰਮੀ ਨੇਵੀ ਏਅਰਫੋਰਸ ਇਹਨਾਂ ਤੋਂ ਸਭ ਤੋਂ ਅੱਡ ਹੁੰਦੀ ਹੈ। ਪੇਰੈਂਟ ਮਿਨਿਸਟਰੀ ਕੌਣ ਹੈ ਇਹਦੀ ਪੇਰੈਂਟ ਮਿਨਿਸਟਰੀ ਇਹਦੀ ਮਿਨਿਸਟਰੀ ਆਫ ਡਿਫੈਂਸ ਹੋ ਜਾਂਦੀ ਹੈ। ਠੀਕ ਹੈ। ਅਤੇ ਐਡਮਿਨਿਸਟ੍ਰੇਸ਼ਨ ਦ ਔਰਗਨਾਈਜੇਸ਼ਨ ਇਜ਼ ਹੈਡਡ ਬਾਈ ਡਾਇਰੈਕਟਰ ਜਨਰਲ ਇੰਡੀਅਨ ਕੋਸਟ ਗਾਰਡ DGICG ਇਹਦੇ ਹੈੱਡ ਨੇ ਅਤੇ ਇਹਦਾ ਹੈੱਡਕੁਆਰਟਰ ਨਈ ਦਿੱਲੀ ਵਿੱਚ ਹੈ। ਇਹ ਸਾਰੀ ਚੀਜ਼ਾਂ ਵੀ ਸਾਨੂੰ ਧਿਆਨ 'ਚ ਰੱਖਣੀਆਂ ਨੇ ਕਿਉਂ ਕਿਉਂਕਿ ਪੁੱਛਿਆ ਜਾ ਸਕਦਾ ਕੋਸਟ ਗਾਰਡ 1978 VS ਪਠਾਨੀਆ ਮਿਨਿਸਟਰੀ ਕਿਹੜੀ ਹੈਂਡਲ ਕਰਦੀ ਹੈ ਮਿਨਿਸਟਰੀ ਆਫ ਡਿਫੈਂਸ ਹੈਂਡਲ ਕਰਦੀ ਹੈ ਅਤੇ ਹੈੱਡਕੁਆਰਟਰ ਕਿੱਥੇ ਇਹਦਾ ਹੈੱਡਕੁਆਰਟਰ ਇਹਦਾ ਨਿਊ ਦਿੱਲੀ ਵਿੱਚ ਹੈ। ਇਹ ਗੱਲਾਂ ਧਿਆਨ ਰੱਖਣੀਆਂ। ਠੀਕ ਹੈ ਨਾ। ਚਲੋ ਤਾਂ ਇਹ ਕੁਝ ਚੀਫ ਨੇ ਅਸੀਂ ਯਾਦ ਕਰਨੇ ਨੇ ਬਹੁਤ ਇੰਪੋਰਟੈਂਟ ਚੀਫਸ ਨੇ ਸਾਰੇ ਮੈਂ ਲਿਖਤੇ ਨੇ ਤੁਹਾਡੇ ਲਈ ਜਿਹੜੇ ਜਿਹੜੇ ਨਵੀਂ ਅਪੁਆਇੰਟਮੈਂਟਸ ਹੋਈ ਉਹ ਵੀ ਆ ਜਾਂਦੀਆਂ। ਏਅਰ ਸਟਾਫ ਬਣੇ ਨੇ VR ਚੌਧਰੀ ਯਾਨੀ ਕਿ ਵਿਵੇਕ ਰਾਮ ਚੌਧਰੀ
आर्मी स्टाफ ने MM नरावने, नेवल स्टाफ ने आर हरी कुमार, DG यानी कि डायरेक्टर जनरल ऑफ इंटेलिजेंस एजेंसी ए ने जीत सिंह ढिल्लों, IB यानी कि इंटेलिजेंस ब्यूरो के जो DG ने वो बने ने अरविंद कुमार, रॉ दे सैक्रेटरी रिसर्च एंड एनालिसिस विंग यदि फुल फॉर्म होंगी है किसी नहीं पता तो लिख लो रिसर्च एंड एनालिसिस विंग है जो ये होंगे सुमंत गोयल, डायरेक्टर जो CBI ने ये सुबोध कुमार जायसवाल याद रखना थोनू, डायरेक्टर जनरल ऑफ BSF ने जोड़े ए ने पंकज कुमार सिंह, डायरेक्टर जनरल ऑफ CRPF कुलदीप सिंह ते नाल कुलदीप सिंह डायरेक्टर जनरल ऑफ NIA यानी कि नैशनल इन्वेस्टिगेशन एजेंसी भी होंगे ने। ये फिर आप गल करते डायरेक्टर जनरल ऑफ CISF कौन बने ने, शील वर्धन सिंह ने, ITBP यानी कि इंडो तिब्बतन बॉर्डर पुलिस के कौन ने, DG ए संजय अरोड़ा ने, SSB यानी कि सशस्त्र सीमा बल के DG कौन ने, ये भी संजय अरोड़ा ने। आप कल ही गल की याद होगी किसी जो 30 की 30 दिसंबर वाली क्लास की गल आप 30 दिसंबर में तो उस क्लास दस्या भी संजय अरोड़ा जी ने SSB का अडिशनल चार्ज दिता गया है। फिर NSG ये हैड ने DG ने MA गणपति ते NIA आप गल कर चुके हैं तो अजकल बहुत इंपोर्टेंट सब तो ज़्यादा की जाता नैशनल नारकोटिक्स ब्यूरो NCB ही होंगे ना नैशनल नारकोटिक्स कंट्रोल ब्यूरो नैशनल कितों आ गया यह होंगे नैश नारकोटिक कंट्रोल ब्यूरो ये जो हैड ने इन्हों का नाँ है सत्या नारायण प्रधान बस एन तो ना नैशनली याद आ जाता तो जी ये सारे तुसी याद करने हैं ये आप तुसी डेली जो क्लासा लो क्लासा चे क्योंकि जे भी कोई भी नवी अपॉइंटमेंट होंगी आप वैसे ही करा दें तो थोड़े लिए बहुत आसान हो जाता क्लासा जरूर लाया करो रोज वाली है ना। चलो अगे चलते हैं फिर होंगे जी वासुदेवन PN ये रीअपॉइंट हुए हैं MD एंड CEO ऑफ इक्विटास स्मॉल फाइनेंस बैंक ये हमें दसण की होर की लड़ नहीं है फोटो पता नहीं कितने रहेगी फोटो खिंची सी मैं तो जी वासुदेवन PN ने इन्हों MD CEO रीअपॉइंट किया गया मतलब कि पहला भी यही सके MD CEO तो फाउंड कदों हुई फाउंड हुई 2016 हैडक्वार्टर चेन्नई तमिलनाडु ये जे पार्ट टाइम चेयरमैन ने उन्होंने नाँ है अरुण रामानाथन तो जी टैगलाइन है इट्स फन बैंकिंग दोबारे कह देना इट्स फन बैंकिंग थोनू थोड़े लिए क्वेश्चन है आप दसिया भी PNB के जेडे MD CEO से मल्लिकार्जुन राव उन्होंने थान हूँ कौन आ गए ने दसोंगे मल्लिकार्जुन राव की थान कौन आए ने PNB के जेडे MD CEO ने कौन ने याद है किसी ने PNB के अकाउंट बने ने MD CEO नवे NCR की फुलफॉर्म NCR की फुलफॉर्म तो मैं लिखी नहीं कितने NCR नारकोटिक्स कंट्रोल ब्यूरो NCB है वो NCB है नारकोटिक्स कंट्रोल ब्यूरो हो जाता हो तो जी ये जो बने ने MD CEO बने ने अतुल कुमार गोयल बने ने जो साढ़े अतुल कुमार गोयल बने ने साढ़े की बने ने ये PNB के नवे MD CEO बने ने पहला कौन सी मल्लिकार्जुन राव सके ये भी गल आप ध्यान च रखनी है ठीक है। चलो तो जी इंडियन आर्मी ने एक सैटअप किया क्वांटम लैब एट MCTE MCTE की है इन्हों की मिलिट्री हैडक्वार्टर है इंदौर में है ये बारे आप गल पढ़ते हैं तो जी इंडिया आर्मी की रिसर्च इन क्वालिफाइड इंडियन आर्मी रिसर्च इन द फील्ड ऑफ क्वांटम टेक्नोलॉजी विल हेल्प इन लीप फ्रॉगिंग इन टू नैक्सट जनरेशन कम्युनिकेशन एंड ट्रांसफॉर्मिंग द करंट सिस्टम ऑफ क्रिप्टोग्राफी क्रिप्टोग्राफी थोड़ा पता कि क्रिप्टोग्राफी होंगे साइंस ऑफ मैपिंग एक मिनट मैं फोटो हटा देना मतलब तुम पढ़ लो आराम तो जी आह देखो क्रिप्टोग्राफी को कहते साइंस ऑफ मैपिंग कहा जाता है मैपिंग मैप बनाए जाते ना जिते तो इन्हें क्वांटम टेक्नोलॉजी यूज करके मैपिंग करनी है टू पोस्ट इन इंडियन आर्म फोर्सिस टू पोस्ट क्वांटम क्रिप्टोग्राफी की थ्रस्ट एरियाज इंक्लूड क्वांटम कंप्यूटिंग क्वांटम की डिस्ट्रीब्यूशन सानू पढ़ने की लड़ नहीं भी क्वांटम क्वांटम है की है ठीक है कोई लड़ नहीं सानू यह सब पढ़ने की बस ध्यान रखना है भी कितने इन्होंने क्वांटम लैब सैटअप की है यह की है जी मिलिट्री हैडक्वार्टर कितने है वो इंदौर में है इंदौर कितने MP है ठीक है जी CM ने इन्हों शिवराज सिंह चौहान इन्होंने गवर्नर ने शिवराज चौहान ने गवर्नर ने इन्हों मंगू भाई छगन भाई पटेल ये सन थोनू याद होनी चाहिए चीज़ा ठीक है ना। चलो तो जी ये भी आई सी बहुत वीड्डी गल आई कहते UP में काफ़ी ज़्यादा नाम चेंज हो रहे हैं तो यह वाला तो थोड़ा इंपोर्टेंट हो जाता साढ़े लिए तो UP का जो झांसी का रेलवे स्टेशन है उन्होंने रीनेम करता हूँ वीरांगना रानी लक्ष्मी बाई स्टेशन के नाँ तो किनू की नाम करता वीरांगना लक्ष्मी बाई रेलवे स्टेशन के नाँ तो अर्लीयर तो पहला मुगल सराय रेलवे स्टेशन का नाँ भी बदल के पंडित दीन दयाल उपाध्याय जंक्शन करता से फैजाबाद रेलवे स्टेशन का नाँ भी अयोध्या कैंट रखता से ये सूँ ये दोनों गल्लां भी चेते रखनी जरूरी हो जाए क्यों
क्योंकि देखो रेलवे स्टेशन तो ही रिलेटेड है गल। तो जी हुण देखो रानी लक्ष्मी बाई की गल आई है, थोनू उन्हां बारे कुछ गल्लां पता होनी चाहिए, ये आप पढ़ांगे उन्हां बारे कुछ। तो जी रानी लक्ष्मी बाई वॉज बॉर्न प्रोबेबली क्यों, क्योंकि हजे तक यह डिबेट ही चली हुई है, किसी को पक्का नहीं पता लग रहा की है, तो प्रोबेबली लिखे इन्होंने नवंबर 1918-28 इन्हों का जन्म होया इन वाराणसी, तो इन्हों का नाम लिखा रखा सी मणि कर्णिका। शी गॉट मैरिड टू द किंग ऑफ झांसी सी गंगाधर राव नेवालकर एट द अर्ली एज ऑफ 7 साल की उम्र में इन्हों का ब्याह हो गया सी, ते ब्याह तो बाद इन्हों का नाम रखता सी लक्ष्मी बाई, ठीक है। उस बाद शी बिकेम द रूलर ऑफ झांसी वैन शी वॉज ओनली 18 ईयर ओल्ड, 18 साल की उम्र ही करता सी। उस बाद जी इंपोर्टेंट क्वेश्चन आता होंगे हर पेपर च आता, जो पॉलिटी वाले बच्चे जो पढ़ रहे हैं पॉलिटी उन्होंने को भी आता होना भी ह्यूज ने यह गल कि बारे कही थी भी हेयर ले द वूमेन हू वॉज द ओनली मैन अमंग द रिवेल्स, तो यह वाली गल कही थी ह्यू रोज़ ने। ह्यू रोज़ ब्रिटिश सीनियर ब्रिटिश आर्मी ऑफिसर है, उन्होंने कही थी रानी लक्ष्मी बाई बारे। दो गल्लां तुसीं ध्यान च रखनियां, हेयर ले द वूमेन हू वॉज द ओनली मैन अमंग द रिबेल्स, तो उन्होंने कहा एक रिपोर्ट में दस्या भी रानी लक्ष्मी बाई कहो जी सी परसनेबल कलेवर तो ब्यूटीफुल सी, दस्या जी ह्यू रोज़ ने। तो सानू जरूरी हो जाती क्यों उन्होंने हुण रेलवे स्टेशन का नाम चेंज होया, तो पेपर छोड़ को सवाल आ सकता है। तो यह गल करते हुण रशिया ने एक अपना लॉन्च इट्स फर्स्ट इन द सीरीज प्रोजेक्ट 2200 वर्सटाइल पावर्ड आइस ब्रेकर नोन एज सिबिर, सिबिर ना दा इन्होंने अपना आइस ब्रेकर लॉन्च किया, ये बारे आप ध्यान रखना है। द कंस्ट्रक्शन ऑफ सिबिर वॉज स्टार्टिड इन 2015 एंड द आइस ब्रेकर वॉज फ्लोटिड ऑन 22 दिसंबर 2017 शुरू हो गया से काम। यदा फायदा की होगा विल सपोर्ट द ग्रोइंग फ्लीट ऑफ आइस ब्रेकरस टू कीप द नॉर्दन सी रूट ओपन फॉर ईयर राउंड शिपिंग, होंगे कि जो आर्कटिक के नेड़े का जो रूट है उस नॉर्दन सी रूट कहें, तो जो सर्दियाँ होंगे वो फ्रीज हो जाता, तो जो आइस ब्रेकर हो गया तो जो नॉर्दन सी रूट वो फ्रीज नहीं होगा, तो इंडिया लिए भी फायदा होगा, इंडिया भी अपनी प्रेजेंस उत्थे बना के रख सकता है, ठीक है जी। चलो PDF जिहड़े ने इहदे वीडियो की डिस्क्रिप्शन मिल जाओगे थोड़ा 2 घंटे के बाद, 2 घंटे बाद इसकी डिस्क्रिप्शन से कमेंट चेक कर लियो, थोड़ा उत्थे PDF मिल जूगी, है ना। चलो PM मोदी जी लेड द फाउंडेशन ऑफ मेजर ध्यानचंद स्पोर्ट्स यूनिवर्सिटी इन मेरठ UP, पहला तो बेसिक जी गल यही है मेजर ध्यानचंद स्पोर्ट्स यूनिवर्सिटी का कितने फाउंडेशन कितने उद्घाटन कितने किया, मेरठ में कितना कितने है उत्तर प्रदेश में है। तो यूनिवर्सिटी विल बी एस्टैबलिश्ड एट सलावा एंड कैली विलेजेस ऑफ सरधाना टाउन इन मेरठ एट एन एस्टीमेटेड कॉस्ट ऑफ 700 करोड़ की अप्रोक्सीमेट कॉस्ट। तो सानू मेजर ध्यानचंद तो देखो काफ़ी सारी चीज़ा ने, अगस्त 2021 तक यदा ना की होंदा सी राजीव गांधी खेल रत्न अवार्ड होंदा सी, याद है तुहानू, ये तो पहले यदा ना होंदा सी राजीव गांधी खेल रत्न अवार्ड, तो उस तो बाद यदा ना रखता 2 अगस्त 2021 मेजर ध्यानचंद खेल रत्न अवार्ड। तो इस बार किन्नू मिला, यह मिला जी 12 बंदू मिला, थोड़ू ये 12 के 12 के नाँ याद होने चाहिए इन्हों स्पोर्ट ना मिला के, स्पोर्ट भी इनकलूडिंग थोड़ू याद होने चाहिए, जो थोड़ू याद नहीं है एक सवाल तो देखो पक्का आया ही आया। तो 12 कौन कौन ने इन बारे गल करते, नीरज चोपड़ा एथलैटिक्स जैवलिन थ्रो, लवलीना बोरगोहेन बॉक्सिंग, प्रमोद भगत पैरा बैडमिंटन, कृष्णा नागर भी पैरा बैडमिंटन, सुनील छेत्री फुटबॉल, रवि कुमार दहिया रेसलिंग, सुमित अंटिल एथलैटिक्स, PR श्रीजेश हॉकी, मिथाली राज क्रिकेट, अवनी लिखारा पैराशूटिंग, डबल मैडल आए थे इन्होंने, कि आए थे गोल्ड आया सी ब्रोंज आया सी, तो एम नरवाल मनीष नरवाल यानी कि पैराशूटिंग, 12th बंदा सीगा मनप्रीत सिंह, कौन है हॉकी दे साडे कैप्टन है मनप्रीत सिंह हॉकी कैप्टन, ठीक है। तो यह गल्लां सी ध्यान च रखनी है बहुत इंपोर्टेंट हो जाता, मैं उत्ते लिख देना फोटो के पिछे ना गया होवे, तां जी मनप्रीत सिंह 12th बंदे ने मनप्रीत सिंह, इधर तक 1 2 3 4 5 6 7 9 10 11 ने, 12वें ए ने मनप्रीत सिंह, ठीक है जी। हाँ जी दस दें सारा कुछ दस दें थोड़ा टेंशन ना लो। आ देखो फिर ये बारे कुछ गल्ल पढ़नी जरूरी ने, खेल रत्न अवार्ड बारे गल्ल पढ़निया जरूरी ने। तो जी प्रेजेंटेड बाय पहले तो कौन केड़ी मिनिस्ट्री दिंदी है, मिनिस्ट्री ऑफ यूथ अफेयर्स एंड स्पोर्ट्स दिंदी है, कौन ने इन्हां दे अनुराग ठाकुर ने, उन्हां दी कॉन्स्टिट्यूएंसी केड़ी है हमीरपुर है, कित्थे है हिमाचल प्रदेश में है, ठीक है हमीरपुर हिमाचल प्रदेश में है। खेल रत्न अवार्ड इज द हाईएस्ट ऑनर गिवन फॉर द अचीवमेंट इन स्पोर्ट्स, सब तो उच्चा ऑनर है इंडिया में दिता जाता जो, नेम्ड आफ्टर फॉर्मर PM राजीव गांधी, द अवार्ड वॉज इंस्टीट्यूटेड इन 1991 इंस्टीट्यूट किया गया थी, ते सब तो पहला किनू दिता गया थी चैस ग्रैंड मास्टर विश्वनाथ आनंद नू दिता गया थी, पहले साल ले किनू दिता गया थी विश्वनाथ आनंद नू दिता गया थी, ठीक है जी। पंचायत सैक्रेटरी पंजाब कदों आऊगी, जिन्होंने कहा आऊगी उन्होंने तो पूछो यार, मैं तो कहा भी नहीं।
ਤਾਂ ਜੀ ਇਨ 2001 ਅਭਿਨਵ ਬਿੰਦਰਾ ਦੈਨ ਏਜ 18 ਬਿਗੇਮ ਦਾ ਯੰਗੈਸਟ ਰੈਸੀਪੀਐਂਟ ਆਫ ਦਾ ਅਵਾਰਡ। ਤੁਹਾਡੇ ਤੋਂ ਪੁੱਛਿਆ ਜਾਵੇ ਵੀ ਯੰਗੈਸਟ ਕੌਣ ਸੀਗਾ 2001 ਵਿੱਚ, ਅਭਿਨਵ ਬਿੰਦਰਾ 18 ਸਾਲ ਦੀ ਉਮਰ ਵਿੱਚ ਇਹ ਬਣ ਗਏ ਸੀ ਯੰਗੈਸਟ ਰੈਸੀਪੀਐਂਟ, ਮਤਲਬ ਕਿ ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀ। ਅਤੇ ਇਹ ਸਾਰੇ ਫੈਕਟ ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਕਿਹੜੇ ਕਿਹੜੇ? ਪਹਿਲੀ ਵਾਰ ਸਭ ਤੋਂ ਪਹਿਲਾ ਅਵਾਰਡ ਕਿਹਨੂੰ ਮਿਲਿਆ ਸੀ? ਅਵਾਰਡ ਮਿਲਿਆ ਸੀ ਵਿਸ਼ਵਨਾਥਨ ਆਨੰਦ ਨੂੰ ਮਿਲਿਆ ਸੀ ਸਭ ਤੋਂ ਪਹਿਲਾ ਅਵਾਰਡ। ਸਭ ਤੋਂ ਯੰਗੈਸਟ ਕਿਹਨੂੰ ਮਿਲਿਆ ਸੀ? ਯੰਗੈਸਟ ਮਿਲਿਆ ਸੀ ਅਭਿਨਵ ਬਿੰਦਰਾ ਨੂੰ 18 ਸਾਲ ਦੀ ਉਮਰ ਵਿੱਚ। ਅਤੇ ਤੀਜਾ, ਕਿਹੜਾ ਇਕਲੌਤਾ ਬੰਦਾ ਹੈ, ਓਨਲੀ ਸਪੋਰਟਸ ਪਰਸਨ ਜਿਹਨੂੰ ਇਹ ਅਵਾਰਡ ਦੋ ਸਪੋਰਟ ਲਈ ਅੱਡ ਅੱਡ ਮਿਲਿਆ, ਬਿਲੀਅਰਡਸ ਲਈ ਅੱਡ ਮਿਲਿਆ, ਸਨੂਕਰ ਲਈ ਅੱਡ ਅੱਡ ਮਿਲਿਆ, ਨਾ ਕਿ ਉਹਦਾ ਹੁੰਦਾ ਪੰਕਜ ਅਡਵਾਨੀ ਹੋ ਜਾਂਦਾ ਨਾ, ਠੀਕ ਹੈ ਜੀ, ਧਿਆਨ ਰੱਖਣਾ, ਬਿਲੀਅਰਡਸ ਅਤੇ ਸਨੂਕਰ ਲਈ ਮਿਲਿਆ ਪੰਕਜ ਅਡਵਾਨੀ ਨੇ, ਹੈ ਨਾ। ਚਲੋ ਬਹੁਤ ਸਾਰੇ ਸਵਾਲ ਨੇ ਤਾਂ ਇਹਦੇ ਬਾਰੇ ਵੀ ਪੜ੍ਹਨਾ ਜ਼ਰੂਰੀ ਹੈ। ਰਾਜੀਵ ਗਾਂਧੀ ਖੇਲ ਰਤਨ ਅਵਾਰਡ ਵਾਸ ਅਵਾਰਡਿਡ ਫਰੋਮ 1992 ਤੋਂ ਲੈ ਕੇ 2021 ਤੱਕ, ਜਿੱਦਾਂ ਮੈਂ ਕਿਹਾ ਤੁਹਾਨੂੰ ਪਹਿਲਾਂ ਨਾਂ ਕੀ ਸੀ? ਰਾਜੀਵ ਗਾਂਧੀ ਖੇਲ ਰਤਨ ਸੀਗਾ। ਫਿਰ ਉਹ ਤੋਂ ਬਾਅਦ ਇਹ 2021 ਵਿੱਚ ਇਹਦਾ ਨਾਂ ਕੀ ਰੱਖਤਾ ਇਹਨਾਂ ਨੇ? ਨਾਂ ਰੱਖਤਾ ਇਹਦਾ ਮੇਜਰ ਧਿਆਨ ਚੰਦ। 2014 ਦੀ ਜਿਹੜੀ ਅਵਾਰਡ ਸਿਲੈਕਸ਼ਨ ਕਮੇਟੀ ਸੀ ਉਹਨੇ ਸੁਜੈਸ਼ਨ ਦਿੱਤੇ ਮਿਨਿਸਟਰੀ ਨੂੰ ਐਂਡ ਰਿਵਾਈਜ਼ ਦ ਕ੍ਰਾਈਟੀਰੀਆ ਇਨ ਫੈਬਰੀ 2015 ਟੂ ਕੰਸੀਡਰ ਪਰਫੋਰਮੈਂਸ ਓਵਰ ਅ ਪੀਰੀਅਡ ਆਫ 4 ਈਅਰ। ਇਹ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਵੀ ਜਿਹੜਾ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਮਿਲਦਾ ਉਹ ਐਂ ਨਹੀਂ ਹੁੰਦਾ ਵੀ ਇੱਕ ਸਾਲ ਤੁਸੀਂ ਚੰਨ ਚਾੜਤਾ ਬਸ ਬਹੁਤ ਸਿਰਾ ਲਾਤਾ ਤੁਸੀਂ ਤੁਹਾਨੂੰ ਮਿਲ ਗਿਆ, ਨਹੀਂ, ਤੁਹਾਨੂੰ ਘੱਟੋ ਘੱਟ 4 ਸਾਲ ਤੁਹਾਨੂੰ ਪਰਫੋਰਮੈਂਸ ਕਰਨੀ ਪੈਣੀ ਹੈ, ਤੁਹਾਡੀ 4 ਸਾਲ ਦੀ ਪਰਫੋਰਮੈਂਸ ਇਹ ਲੈਂਦੇ ਨੇ ਤਾਂ ਤੁਹਾਨੂੰ ਅਵਾਰਡ ਦਿੰਦੇ ਨੇ। ਅਤੇ 6 ਅਗਸਤ 2021 ਤੋਂ ਅਵਾਰਡ ਦਾ ਨਾਂ ਰੱਖਤਾ ਮੇਜਰ ਧਿਆਨ ਚੰਦ। 1905 ਤੋਂ ਲੈ ਕੇ 79 ਇਹ ਕੌਣ ਸੀਗੇ? ਇੰਡੀਅਨ ਹਾਕੀ ਪਲੇਅਰ ਲਿਖੇ ਵਾਈਡਲੀ ਰਿਗਾਰਡਿਡ ਐਜ਼ ਦਾ ਵਨ ਆਫ ਦਾ ਗ੍ਰੇਟੈਸਟ ਫੀਲਡ ਹਾਕੀ ਪਲੇਅਰਸ ਆਫ ਆਲ ਟਾਈਮ। ਮਿਲਦਾ ਕੀ ਹੈ? ਅਵਾਰਡ ਕੰਪ੍ਰਾਈਜ਼ ਦਾ ਮੈਡਲ ਮਿਲਦਾ, ਇੱਕ ਸਰਟੀਫਿਕੇਟ ਮਿਲਦਾ ਅਤੇ ਕੈਸ਼ ਪ੍ਰਾਈਜ਼ ਮਿਲਦਾ 25 ਲੱਖ ਰੁਪਏ ਦਾ। ਕਿੰਨਾ ਮਿਲਦਾ ਐਸ਼ ਪ੍ਰਾਈਜ਼? 25 ਲੱਖ ਰੁਪਏ ਦਾ। ਚਲੋ ਹੁਣ ਮੇਜਰ ਧਿਆਨ ਚੰਦ ਬਾਰੇ ਗੱਲਾਂ ਜ਼ਰੂਰੀ ਨੇ। ਦੇਖੋ, ਇੱਕ ਤਾਂ ਮੇਜਰ ਧਿਆਨ ਚੰਦ ਦੇ ਨਾਂ 'ਤੇ ਖੇਲ ਰਤਨ ਅਵਾਰਡ ਆ ਗਿਆ, ਹੈ ਨਾ, ਹੁਣ ਦੂਜਾ ਉਹਨਾਂ ਦੇ ਨਾਂ 'ਤੇ ਯੂਨੀਵਰਸਿਟੀ ਵੀ ਆ ਗਈ ਤਾਂ ਇੰਪੋਰਟੈਂਟ ਹੋ ਜਾਂਦਾ। ਇਹ ਕੌਣ ਨੇ? ਦੇਖੋ ਇਹਨਾਂ ਬਾਰੇ ਪੜ੍ਹੋ ਹੁਣ ਗੱਲਾਂ। ਇਹਨਾਂ ਨੂੰ ਵਿਜ਼ਰਡ ਕਿਹਾ ਜਾਂਦਾ, ਜਾਦੂਗਰ ਮੇਜਰ ਧਿਆਨ ਚੰਦ। ਇੱਕ ਫੀਲਡ ਹਾਕੀ ਪਲੇਅਰ ਨੇ, ਇੰਟਰਨੈਸ਼ਨਲ ਹਾਕੀ ਖੇਡੀ 26 ਤੋਂ 49 ਤੱਕ ਅਤੇ 400 ਗੋਲ ਮਾਰੇ। ਇਹ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ, ਸਿਰਫ ਪੜ੍ਹਨ ਲਈ ਹੈ। ਬਸ ਇਹ ਧਿਆਨ ਰੱਖੋ ਵੀ ਮੇਜਰ ਧਿਆਨ ਚੰਦ ਦਾ ਜਨਮ ਕਿੱਥੇ ਹੋਇਆ? ਪ੍ਰਯਾਗ ਰਾਜ ਵਿੱਚ ਹੋਇਆ, ਇਲਾਹਾਬਾਦ ਲਿਖਿਆ ਹੋਇਆ, ਪ੍ਰਯਾਗ ਰਾਜ ਵਿੱਚ ਹੋਇਆ ਅਤੇ ਓਲੰਪਿਕ ਟੀਮ ਦਾ ਹਿੱਸਾ ਸੀਗੇ। 3 ਓਲੰਪਿਕਸ ਲਗਾਤਾਰ ਜਿਹੜੇ ਗੋਲਡ ਮੈਡਲ ਜਿੱਤੀ ਸਾਡੀ ਹਾਕੀ ਦੀ ਟੀਮ 28, 32 ਅਤੇ 36। ਇਹ ਧਿਆਨ ਰੱਖਣਾ। ਅਪਾਰਟ ਫਰੋਮ ਖੇਲ ਰਤਨ ਅਵਾਰਡ, ਕੰਟੈਂਟ ਦਾ ਹਾਈਐਸਟ ਅਵਾਰਡ ਫਾਰ ਲਾਈਫ ਟਾਈਮ ਅਚੀਵਮੈਂਟ ਇਜ਼ ਨੋਨ ਐਜ ਧਿਆਨ ਚੰਦ ਅਵਾਰਡ। ਇੱਕ ਅੱਡ ਤੋਂ ਧਿਆਨ ਚੰਦ ਅਵਾਰਡ ਵੀ ਹੁੰਦਾ। ਇਟ ਵਾਜ਼ ਇੰਸਟੀਟਿਊਟਿਡ ਇਨ 2002। ਇਹ ਵੀ ਗੱਲਾਂ ਅਸੀਂ ਧਿਆਨ ਰੱਖਾਂਗੇ। ਧਿਆਨ ਚੰਦ ਜੀ ਦੇ ਨਾਂ ਤੋਂ ਹੋਰ ਕੀ ਕੁਛ ਹੈ? ਜਿੱਦਾਂ ਹੁਣ ਯੂਨੀਵਰਸਿਟੀ ਤਾਂ ਆ ਗਈ ਹੈ ਨਾ ਮੇਰਠ ਵਿੱਚ, ਤਾਂ ਹੋਰ ਕੀ ਕੁਛ ਹੈ ਉਹਨਾਂ ਦੇ ਨਾਂ? ਦੇਖੋ, ਨੈਸ਼ਨਲ ਸਟੇਡੀਅਮ ਜਿਹੜਾ ਦਿੱਲੀ ਵਿੱਚ ਹੈ ਉਹਦਾ ਨਾਂ ਵੀ ਰੀਨੇਮ ਕਰਕੇ ਧਿਆਨ ਚੰਦ ਸਟੇਡੀਅਮ, ਨੈਸ਼ਨਲ ਸਟੇਡੀਅਮ ਕਰਤਾ 2002 ਵਿੱਚ। 29 ਅਗਸਤ ਨੂੰ ਜਿਹੜਾ ਆਪਾਂ ਕੀ ਮਨਾਉਂਦੇ ਹਾਂ? ਨੈਸ਼ਨਲ ਸਪੋਰਟਸ ਡੇ ਮਨਾਇਆ ਜਾਂਦਾ 29 ਅਗਸਤ ਨੂੰ। ਉਹ ਵੀ ਕਾਹਦੇ ਲਈ ਹੁੰਦਾ? ਉਹ ਵੀ ਇਹਨਾਂ ਦੀ ਬਰਥ ਐਨੀਵਰਸਰੀ ਲਈ ਹੁੰਦਾ। ਕਦੋਂ ਹੋਇਆ ਸੀ ਜਨਮ ਉਹਨਾਂ ਦਾ? 29 ਅਗਸਤ 1905 ਵਿੱਚ ਹੋਇਆ ਸੀ। 1905 ਵਿੱਚ ਕੀ ਹੋਇਆ ਸੀ? ਸੂਰਤ ਸਪਲਿਟ ਹੋਇਆ ਸੀ। 5 ਵਿੱਚ ਹੋਇਆ ਸੀ ਕਿ 6 ਵਿੱਚ ਹੋਇਆ ਸੀ, ਯਾਦ ਹੈ ਕਿਸੇ ਨੂੰ? ਹਾਂਜੀ, ਯਾਦ ਹੈ ਕਿਸੇ ਨੂੰ? ਨਹੀਂ ਤਾਂ 7 ਵਿੱਚ ਹੋਇਆ ਸੀ, ਹੈ ਨਾ। 5 ਵਿੱਚ ਤਾਂ ਕੁਛ ਨਹੀਂ ਹੋਇਆ ਸੀ। ਕੀ ਹੋਇਆ ਸੀ ਕੁਛ 5 ਵਿੱਚ? ਚਲੋ, ਤੁਹਾਡੇ ਹਿਸਟਰੀ ਵਾਲੇ ਸਰ ਲਈ ਆ, ਉਹ 1907 ਵਿੱਚ ਹੋਇਆ ਸੀ ਉਹਦਾ, ਹੈ ਨਾ। ਪ੍ਰੈਜੀਡੈਂਟ ਆਫ ਇੰਡੀਆ ਔਨ ਦਿਸ ਓਕੇਜ਼ਨ ਓਨਰ ਦਾ ਐਮੀਨੈਂਟ ਐਥਲੀਟਸ ਫਰੋਮ ਵੇਰੀਅਸ ਸਪੋਰਟਸ। 29 ਅਗਸਤ ਨੂੰ ਹੀ ਅਵਾਰਡ ਦਿੱਤਾ ਜਾਂਦਾ। ਖੇਲ ਰਤਨ ਹੋ ਗਿਆ, ਅਰਜੁਨ ਅਵਾਰਡ ਹੋ ਗਿਆ, ਦਰੋਣਾਚਾਰਿਆ ਅਵਾਰਡ ਹੋ ਗਿਆ, ਧਿਆਨ ਚੰਦ ਅਵਾਰਡ ਹੋ ਗਿਆ। ਜਿਹਨੇ ਇਹ ਸਾਰੇ ਅਵਾਰਡ ਪੜ੍ਹਨੇ ਹੋਣ ਉਹਦੀ ਇੱਕ ਅੱਡ ਤੋਂ ਵੀਡੀਓ ਬਣੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਸਪੋਰਟਸ ਅਵਾਰਡ ਸੀਗੇ ਨਾ, ਉਹ ਅੱਡ ਤੋਂ ਵੀਡੀਓ ਬਣੀ ਹੋਈ ਹੈ। ਚਲੋ, ਫਿਰ ਇੱਕ ਇਹ ਸਕੀਮ ਲਾਂਚ ਕੀਤੀ ਹੈ ਯੂਨੀਅਨ ਮਿਨਿਸਟਰ ਨੇ ਜਿਹੜੇ ਸਾਡੇ ਸ਼੍ਰੀ ਧਰਮਿੰਦਰ ਪ੍ਰਧਾਨ, ਲਾਂਚ 100 ਡੇਜ਼ ਰੀਡਿੰਗ ਕੈਂਪੇਨ। ਉਹਦਾ ਨਾਂ ਕੀ ਹੈ? ਪੜ੍ਹੇ ਭਾਰਤ। ਇਹਦੇ ਲਈ ਕਾਹਦੇ ਲਈ ਹੋਗਾ? ਬੁੱਕਸ ਨੋਟ ਓਨਲੀ ਇੰਪਾਰਟ ਨੌਲੇਜ ਬਟ ਆਲਸੋ ਸ਼ੇਪ ਪਰਸਨੈਲਿਟੀ ਐਂਡ ਲਾਈਫ, ਬਟ ਦਾ ਹੋਬੀ ਆਫ ਰੀਡਿੰਗ ਬੁੱਕਸ ਟੂ। ਕੁਛ ਨਹੀਂ ਹੈ, ਬਸ ਇਹਦੇ ਬਸ ਬੱਚਿਆਂ ਵਿੱਚ ਜਿਹੜੇ ਯੂਥ ਨੇ ਉਹਨਾਂ ਲਈ ਰੀਡਿੰਗ ਦੀ ਹੈਬਿਟ ਇਨਕਲਕੇਟ ਕਰਨ ਲਈ ਇਹਨਾਂ ਨੇ ਕੀਤੀ ਹੈ। ਅਤੇ ਸ਼ੁਰੂ ਕਦੋਂ ਤੋਂ ਹੋ ਰਿਹਾ ਇਹ? ਨੇਸ਼ਨ ਵਾਈਡ ਇਨੀਸ਼ੀਏਟਿਵ ਫੋਰ ਕ੍ਰੀਏਟਿੰਗ ਅ ਜੋਇਫੁਲ ਰੀਡਿੰਗ ਐਕਸਪੀਰੀਅੰਸ, ਇਹ ਸ਼ੁਰੂ ਹੋ ਰਿਹਾ ਜੀ 1 ਜਨਵਰੀ 2022 ਤੋਂ ਸ਼ੁਰੂ ਹੋ ਰਿਹਾ ਹੈ। ਇਹਦੇ ਬਾਰੇ ਗੱਲਾਂ ਪੜ੍ਹ ਲੈਂਦੇ ਹਾਂ। ਪੜ੍ਹੇ ਭਾਰਤ ਕੈਂਪੇਨ ਵਿਲ ਫੋਕਸ ਔਨ ਚਿਲਡਰਨ ਲਈ ਹੈ, ਸਟੱਡਿੰਗ ਇਨ ਬਾਲ ਵਾਟਿਕਾ ਟੂ ਗ੍ਰੇਡ 8। ਦੇਖ ਸਕਦੇ ਹੋ, ਬਾਲ ਵਾਟਿਕਾ ਤੋਂ ਲੈ ਕੇ ਗ੍ਰੇਡ 8 ਤੱਕ ਦੇ ਜਿਹੜੇ ਬੱਚੇ ਨੇ। ਰੀਡਿੰਗ ਕੈਂਪੇਨ ਵਿਲ ਵੀ ਔਰਗਨਾਈਜ਼ ਫੋਰ 100 ਡੇਜ਼, 14 ਹਫ਼ਤੇ ਤੱਕ, ਸਟਾਰਟਿੰਗ ਫਰੋਮ 1 ਜਨਵਰੀ। ਆਪੇ ਲਾ ਸਕਦੇ ਤੁਸੀਂ 14 ਹਫ਼ਤੇ, ਤੁਹਾਡੇ 3 ਚੌਕੇ 12, ਸਾਡੇ 3 ਮਹੀਨੇ ਹੋ ਜਾਂਦੇ ਨੇ। April 2022 ਹੋ ਜੂਗਾ, ਹੈ ਨਾ। ਹਾਂ, 1905 ਵਿੱਚ, ਹਾਂ ਸਰ, ਬੰਗਾਲ ਪਾਰਟੀਸ਼ਨ ਹੋਈ ਸੀ। ਠੀਕ ਹੈ, ਠੀਕ ਹੈ। ਅੱਗੇ ਫਿਰ ਕੈਂਪੇਨ ਕਾਹਦੇ ਲਈ ਹੈ? ਇਟ ਇਜ਼ ਇਨ ਅਲਾਈਨਮੈਂਟ ਵਿਦ ਦ ਨੈਸ਼ਨਲ ਐਜੂਕੇਸ਼ਨ ਪਾਲਿਸੀ 2020। ਤੁਹਾਨੂੰ ਯਾਦ ਹੈ ਪਿਛਲੇ ਸਾਲ ਆਪਾਂ ਜਿਹੜਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਸੀ ਸਾਡੀ ਬਦਲ ਗਈ ਸੀ। ਪਹਿਲਾਂ ਆਪਾਂ ਕੀ ਕਰ ਫੋਲੋ ਕਰਦੇ ਸੀ? ਆਪਾਂ ਪਹਿਲਾਂ 10+2 ਫੋਲੋ ਕਰਦੇ ਸੀ, ਅਤੇ ਹੁਣ ਕੀ ਹੋ ਗਿਆ? 5+3+3+4। ਉਹਦੀ ਟੈਨਸ਼ਨ ਨਾ ਲਓ, ਉਹ ਵੀ ਤੁਹਾਨੂੰ ਕਰਾਵਾਂਗੇ, ਆਰਾਮ ਨਾਲ ਕਰਾਵਾਂਗੇ। ਵਿੱਚ ਐਮਫਸਾਈਜ਼ ਇਨ ਪ੍ਰਮੋਸ਼ਨ ਆਫ ਜੋਇਫੁਲ, ਬਸ ਬੱਚਿਆਂ ਵੀ ਜਿਹੜਾ ਰੀਡਿੰਗ ਦਾ ਕਲਚਰ ਇਨਕਲੀਕੇਟ ਕਰਨਾ, ਅਤੇ ਉਹ ਵੀ ਕਾਹਦੇ ਵਿੱਚ? ਆਪਣੀ ਲੋਕਲ
लैंगुएज मदर टंग रीजनल या फिर ट्राइबल लैंगुएज जो भी तुसी थोड़े घर जी भाषा बोली जाती उस लैंगुएज इन्होंने बुक्स पढ़ने की आदत पाने लिए एक पढ़े भारत कैंपेन शुरू किया। किन्ने दिन का है? 100 दिन का है। 1 जनवरी तो लैके 10 अप्रैल तक इन्होंने किया है। ये गल आप ध्यान रखेंगे। तो कि वास्ते बाल वाटिका टू ग्रेड 8th लिए है, ठीक है। चलो हुण आपां गल करदे, देखो नैशनल एजुकेशन पॉलिसी आ गया। मैं कहा नाल दी नाल इदां ही करी जावांगे क्योंकि अज तो यह चीज़ा याद नहीं रहिंदियां, तां नैशनल एजुकेशन पॉलिसी बारे भी पढ़ांगे आपां। तां पहला पढ़े भारत बारे, 21 फरवरी विच सैलीब्रेटिड एज इंटरनेशनल डे फॉर मदर टंग डे हैज़ बीन इंटीग्रेटिड विद दिस कैंपेन। ये भी डेट तुहानू हुण याद रखना है 21 फरवरी। क्यों मदर टंग डे वाले बारे गल क्यों हुई है? क्योंकि इन्होंने की कहा लास्ट विच कि रीडिंग बुक्स फॉर चिल्ड्रन इन लैंगुएज मदर लैंगुएज होगी, मदर टंग होगी, रीजनल होगी, ट्राइबल होगी, उन्हां विच पढ़ने लिए बच्चों नूं उत्सुक करना है, एनकरेज करना है, उहदे लिए है। हाँ जी, फर्स्ट स्टेट NEP लिए कर्नाटक है, बिल्कुल। हुण NEP देखो पढ़नी साढ़े लिए बहुत जरूरी हो जाती है। ये अज तक देखो हुण तक पहला 1968 आया सी कुछ चेंज, फिर 1986 आया, तो हुण सीधा जाके 2020 आया, तो लिखा हुआ 3rd मेजर रिवैम्प होया साडी जिहड़ी फ्रेमवर्क ऑफ एजुकेशन है। पहला आप फॉलो करते होंगे 10+2 करते होंगे, तो हूँ आप करा 5+3+3+4 आप फॉलो करा। 5-3-3-4 की है ये भी दस दें थोड़ू। तो जी देखो की है ये कहदे लिए किया? पहला तो किया भी सैकेंडरी लैवल से 100% ग्रॉस एनरोलमेंट हो, जाने कि बच्चे ने बड़े वो स्कूलों पूरा पूरा जाना शुरू हो जाए, 100% बच्चा साडा स्कूल जाए 2030 तक। तो जी 2 करोड़ जोड़े बच्चे स्कूल तो बाहर निकले ने, उन्होंने बाद दोबारे तो ओपन स्कूल में लिया जाए, भी स्कूल नहीं जाना चाहते, घट्टो घट्ट ओपन स्कूल से लिया जाए। तीजी होर मेजर गल की सी, वोकेशनल एजुकेशन स्टार्ट करती क्लास 6वीं तो, उहदे विच नाले इंटर्नशिप भी आऊगी। ये तो कुछ गल्लां ने, ये देख सकते तुसी। पहला आपां यह फॉलो करते होंगे सीधा, आपां कीती 10वीं 10 ते ओह तो हो गया सीधा 2 साल, 10+2 करते होंगे सी। हुण आपां करांगे देखो 5-3-3-4। 5 विच की है? पहला होगा आंगनवाड़ी, प्री स्कूल, बाल वाटिका, जिहड़े 3 तो 6 साल तक के जवाक हो गए। फिर हुंदा उहदे नाल ही फर्स्ट एंड सैकेंड ईयर भी इन्हां कीता, ये लिखा इन्हां ने फाउंडेशन 5 साल की बनूगी पहला फाउंडेशन, फिर 3 साल इन्हों किया जाऊगा प्रिपेयर, फिर 3 साल का मिडल होगा, तो उस तो बाद सैकेंडरी 9वीं तो 12वीं, ठीक है। ये गल्ला ने ये बारे ये गल की गई है। 5-3-3-4 याद रखना। पहला होंगे साढ़े को 10+2, सब तो पहला कदों होया 1968 हो, फिर वह पुट्ठा देखो इन्हें याद कितना करा, पहला 1968 फिर यह पुट्ठा करता, फिर 1986 करता, फिर हूँ तो सूँ पता ही नैशनल एजुकेशन पॉलिसी 2020 हो जाती है ना। चलो ये तुसी पढ़ लियो, आप पढ़ लियो, ये बारे ही है कि एजुकेशन पॉलिसी विच की कुछ है। यूनिवर्सलाइजेशन फ्रॉम एज 3 10वीं तक 2030, इंश्योर लिटरेसी न्यूमरेसी स्किल करनी, बेसिक जी लिटरेसी जो न्यूमरेसी होंगी भी थोड़ा ऐड मल्टीप्लाई डिवाइड माइनस करना आना चाहिए है, तो मदर टंग होना चाहिए मीडियम इंस्ट्रक्शन क्लास 5वीं क्लास तक, जितने तक पॉसीबल हो सके भी 5वीं क्लास तक बच्चा अपनी मदर टंग पढ़े। तो बोर्ड एग्जाम ईजीअर करन, रीडिजाइन होने भी ज़्यादा बच्चे डराना नहीं है, धमकाना नहीं है, भी हवा नहीं बनाना, भी उन्होंने एजुकेशन लिए करना है। फिर पब्लिक स्पेंडिंग ऑन एजुकेशन बाय स्टेट उन्होंने बढ़ाया जाए घट्टो घट 6% उसका GDP, स्टेट जी ने एजुकेशन से ज़्यादा खर्चा नहीं करती, उस बारे की है। कोई गल नहीं मानसु, तो ही मैं अज करा रहा आराम नाल करूँगा, रंग टेंशन ना लो, 4-5 दिन पिछले 3-4 दिन की है, 31-2 की है, ये टेंशन ना लो। चलो एक आई है 3rd टग, टग थोड़ा दस दी, एक टग एक शिप होंगी है जी खिचण खुचण काम आती है ना, जिदा कि तुम ला लो पिकअप ट्रक होंगे ना, जिदा उदा का होंगे पानी होंगे ट्रक, तो जी तीजा ट्रक आ चुका है। पहला ट्रक सगा वीरान, दूजा ट्रक सगा बलराम, तो तीजा ट्रक हो चुका है बलराज। ये डिलीवर करता नेवल डॉकयार्ड विशाखापट्टनम 31 दिसंबर में, ये दोनों पहले इंडक्ट करते थे 22 अक्टूबर से 30 अक्टूबर में, नेवल डॉकयार्ड विशाखापट्टनम तो नेवल डॉकयार्ड मुंबई में रिस्पैक्टिवली। यह हूँ जोड़ा बलराज आए 50 टन का है, एज सिग्निफिकेंटली ऑगमेंटेड द ऑक्यूलरी सपोर्ट सर्विसिज एनहेंस द केपेबिलिटी टू मीट हाई ऑपरेशनल रिक्वायरमेंट्स ऑफ फ्लीट एसेट्स ऑफ इंडियन नेवी। यह है कहते लिए थोड़ी दस दिना दोबारे, टग का काम की होंगे भी जिदा भी किश्तियां होंगे कुछ भी होंगे ना खिंचने के काम आता, तो उन्होंने टग कहते हैं, जिदा पिकअप ट्रक होंगे बस उदा ही मान लो भी टग होंगे। तो 3 टग हो चुके हैं हूँ इंडियन नेवी को, वीरान हो चुका है, एक बलराम हो चुका है, तो तीजा बलराज हो चुका है, यह ध्यान रखोगे तुम है ना। चलो नाल नाल सैशन नू शेयर ते लाइक करते रहो, लाइक मैंने पता जो तो मैं कहूँ ना तुसी करना है नहीं, एक बार सैशन नू लाइक कर दो, एक बार सैशन नू शेयर कर दो है ना। चलो अज बहुत सारे करंट अफेयर ने, मैंने नहीं लगता अज मुक्कणगे, कल फिर लंबी क्लास चलावांगे थोड़ी जी। चलो फिर कॉन्ट्रैक्ट फॉर कंस्ट्रक्शन ऑफ 50 टन, ये किनू दिता गया सी? ये दिता गया सी
हिंदुस्तान शिपयार्ड लिमिटेड नूं 14 फरवरी 2019 नूं 260 करोड़ का दिता गया कॉन्ट्रैक्ट। दोबारे कह देना तिना टग के जिहड़े नां ने तुसीं याद रखने ने, की नां ने, वीरन हो जाता, बलराम हो जाता, तीजा बलराज हो जाता। ये तिने नां याद रखने ने, बनाए किने ने, यह बनाए ने जी हिंदुस्तान शिपयार्ड लिमिटेड विशाखापट्टनम। चलो जी, फर्स्ट मैगनेटिक फील्ड ऑन एन एक्सोप्लैनेट इन्होंने एक रिसर्च की है, पहली मैगनेटिक फील्ड ऑन एन एक्सोप्लैनेट लभ ली है। तो रिसर्चर यूज द हबल टैलीस्कोप, थोड़ा याद होवे हूँ सब तो बड़ा टैलीस्कोप कि जेम्स वैब टैलीस्कोप सीगा, वो तो पहला हुंदा सी हबल टैलीस्कोप, इन्होंने उतो ही फाइंड किया है। रिसर्चर यूज द हबल टैलीस्कोप फॉर ऑबजरविंग द एक्सोप्लैनेट का नाम की है HAT P11B है एक्सोप्लैनेट का नाम। इट इज़ अ नैपट्यून साइज प्लैनेट, किन्ने प्लैनेट ने, 8 ने, पहला 9 होंगे सी, प्लूटो हूँ प्लैनेट नहीं रहा, प्लूटो हूँ बन गया कि ड्वार्फ प्लैनेट। Located at a distance of 123 light years from Earth, observations were made in ultraviolet spectrum. ता जिदा अर्थ की अपनी मैगनेटिक फील्ड होंगी है तो उदा ही कोई भी बहरला एक्सोप्लैनेट हों जो साढ़े सोलर सिस्टम तो बाहर का कोई प्लैनेट हो, कोई पहला यह प्लैनेट मिले जिद मैगनेटिक फील्ड निकलती है, तो यह साढ़े लिए इंपॉर्टेंट हो जाता। यद ना याद रखना की है HAT P11B, ये भी असी ना ध्यान रखा, ठीक है। चलो एक्सोप्लैनेट इज अ प्लैनेट, वही बारे गल भी एक्सोप्लैनेट हुंदा की है। एक्सोप्लैनेट इज अ प्लैनेट आउटसाइड आर सोलर सिस्टम, फर्स्ट पॉसिबल एविडेंस एक्सोप्लैनेट का कदों आया सी, ए आया सी 1917 आया सी, बट वॉज रिकॉगनाइज्ड एज सच, उस टाइम ज़्यादा रिकॉगनीशन नहीं किया। फर्स्ट कन्फर्म एक्सोप्लैनेट वर डिटेक्टेड इन 1992, फिर एज ऑफ दिसंबर 2021 देर आर 4878 आउट ऑफ ऑल 800 सिस्टम्स आर हैविंग मोर दैन वन प्लैनेट। सानू ए पढ़न की कोई लोड़ नहीं, बस थोड़ा दसन लई सी भी एक्सोप्लैनेट हुंदा की है, कदों पहला डिटेक्ट होया, तो इंपोर्टेंट गल की याद रखनी है HAT P11B है, इहदे विचों सानू मैगनेटिक फील्ड मिली है, बस ये सानू याद रखना है, बस होर कुछ नहीं। चलो हुण चाइना ते स्पेस एक्स तुहानू दस देना, चाइना ते स्पेस एक्स की टसल चली है, कहिंदे शरीकां वाली तां कदों होगी, वैसे कहण वाली गल लड़ाई जी होगी इहनां विच, होया चक्कर की है तुहानू पता होवे जे स्पेस एक्स कर की लिया, स्पेस एक्स ना दुनिया विच ना एक स्टारलिंक करके एक नैटवर्क बना रहा, उस सैटेलाइट ऐं बिछा देनी उहने ना पूरी दुनिया विच, फिर थोनू मतलब नैट इंटरनैट लई थोनू सीधा सैटेलाइट तो थोड़े कोल इंटरनैट आऊगा। तो चक्कर की है इन्हां दा जिहड़ा स्पेस स्टेशन है टियांगोंग 1 जिहड़ा स्पेस स्टेशन है वह भी नेड़े तेड़े ही है, तो इन्हां ने दस्सिया भी इन्हां दे जिहड़ी सैटेलाइटां ने इन्हां दे नेड़े तो निकल रही ने जिहड़े साडे इन्हां दा स्पेस स्टेशन चाइना वाला, तो इन्हां नूं काफ़ी ज़्यादा प्रॉब्लम फेस करनी पई उत्थे इन्हां दे स्पेस स्टेशन ते, इन्हां दे एस्ट्रोनॉट भी ने, तो ओबवियसली गल है जान माल की हानि वाली गल होगी। तो चाइना ने कंप्लेन की दैट इट स्पेस स्टेशन टू वॉज फोर्स टू टेक इवेजिव अवॉयड एक्शन ले इन्होंने टू अवॉयड कलीजन विद सैटेलाइट्स लॉन्च बाय मस्क का जो स्टारलिंक प्रोग्राम है। इंडिया जो इंडिया में जो स्टारलिंक प्रोग्राम है उन्होंने कौन हैड कर रहा है, उन्होंने हैड कर रहा है संजय भार्गवा, कौन हैड कर रहा है संजय भार्गव हैड कर रहा है उन्होंने, ये भी गल आप ध्यान रखेंगे। सैटेलाइट फ्रॉम स्टारलिंक इंटरनेट सर्विस अ डिवीजन ऑफ मस्क की जी स्पेस एक्स एरोस्पेस कंपनी है टू क्लोज एनकाउंटर विद द चाइनीज स्पेस स्टेशन ऑन July 1 to October 1, तो इन्होंने हूँ कंप्लेट की है इंटरनेट से बहुत ज़्यादा बवाल मचा भी अब तुम कर की रहे हो इन्नी ज़्यादा सैटेलाइटा बिछाते भी उत्तर इंटरनेशनल स्पेस स्टेशन से लोगों का रुकना दुर्भर हो गया, ये है ठीक है। ये बारे गल्लां करांगे तो हूँ थोड़ा दसना भी स्पेस स्टेशन बारे बहुत इंपॉर्टेंट है, इंडिया भी कह चुका आप 2030 तक आप स्पेस स्टेशन चक देना, चलो देखते हैं इन बारे गल करते हैं। चाइना जो स्पेस स्टेशन है वो बारे गल करनी जरूरी बन जाती है, यही मैं दस्या थोड़ा PPSC लिए देखो थोड़े लिए बैच तुम बाय किया नहीं किया यूट्यूब थोड़े लिए जरूरी है, जो तुम बैच बाय किया हो फिर भी यूट्यूब थोड़े लिए जरूरी है क्योंकि स्पेस एंड टेक्नोलॉजी के यहोजी सवाल बच्चे फसन के, तो मैं नाल ही करा दिया करूँगा। चाइना लॉन्च किया अनमैंड मॉड्यूल ऑफ इट्स परमानेंट स्पेस स्टेशन दैट इट प्लैन्स टू कंप्लीट बाय द एंड ऑफ 2022 के एंड तक इन्हें कहना आप अपना स्पेस स्टेशन बना देना है। मॉड्यूल का नाम की है टियानहे है या फिर उन्होंने कहा जाता हारमनी ऑफ द हेवनस वॉज लॉन्च ऑन द लोंग मार्च 5B चाइना का लार्जेस्ट कैरियर रॉकेट। ये थोड़े को सवाल आ सकता जे करंट पढ़ते हो रेगुलर पढ़ते हो तो थोड़ा पता होगा भी इन्हों का जो सब तो बड़ा रॉकेट है वह ना है लोंग मार्च 5B ना है वह। फिर यह द न्यू 66-ton मल्टी मॉड्यूल टियांगोंग स्पेस स्टेशन इट सैट टू बी ऑपरेशनल फॉर एटलीस्ट 10 साल यानी कि 2032 तक घट्टो घट्ट यह काम करता रहेगा। हाँ देनी पैनी मैंने पता बच्चे पढ़ता रहे नहीं। टियानहे इज वन ऑफ द 3 मेन कॉम्पोनेंट्स ऑफ वट वुड बी चाइनाज फर्स्ट सैल्फ डेवलप्ड स्पेस स्टेशन। हाँ जी इन्हों का जो स्पेस स्टेशन है वह ना होगा टियांगोंग होगा, पहले तुम्हें दस देना मैं ना कि होगा टियांगोंग होगा ना TIANGONG, ये 3 मॉड्यूल होने हैं तो यद फस्ट मॉड्यूल की है टियानहे है, यद फस्ट मॉड्यूल हो जाता है टियानहे।
ਤਾਂ ਜੀ ਸਪੇਸ ਸਟੇਸ਼ਨ ਹੋਊਗਾ ਜਿਹੜਾ ਦੂਜਾ 21 ਸਪੇਸ ਸਟੇਸ਼ਨ ਹੈ ਉਹਦੀ ਟੱਕਰ ਦਾ ਹੋਊਗਾ ISS ਤੇ ਆਰਬਿਟ ਕਿੱਥੇ ਕਰੂਗਾ 350 ਤੋਂ ਲੈ ਕੇ 450 ਕਿਲੋਮੀਟਰ ਦੀ ਆਲਟੀਟਿਊਡ ਤੇ ਇਹ ਕਰੂਗਾ ਤੁਹਾਨੂੰ ਦੱਸਦੀ PDF ਤੁਹਾਨੂੰ ਕੱਲ ਮਿਲੂਗੀ ਮੈਨੂੰ ਪਤਾ ਬੱਚਿਆਂ ਨੇ ਅਸੀਂ ਪੜ੍ਹਨਾ ਨਹੀਂ ਹੈ ਬੱਚੇ ਛੱਡ ਛੱਡ ਕੇ ਜਾ ਰਹੇ ਨੇ PDF ਤੁਹਾਨੂੰ ਕੱਲ ਮਿਲੂਗੀ ਹੁਣ ਪੜ੍ਹਨਾ ਹੈ ਨਹੀਂ ਬੱਚਿਆਂ ਨੇ ਹੈ ਨਾ PDF ਦੇ ਦਿਓ ਸਭ ਤੋਂ ਪਹਿਲਾਂ PDF ਟਮੋਰੋ ਚਲੋ ਜਿਹੜਾ ਸਾਡਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹ ਐਕਸਪਾਇਰ ਹੋ ਰਿਹਾ 2024 ਤੱਕ ਐਕਸਪਾਇਰ ਹੋ ਰਿਹਾ ਅਤੇ ਰਸ਼ੀਆ ਨੇ ਤਾਂ ਵੈਸੇ ਵੀ ਕਹਿਤਾ ਕਿ ਆਪਾਂ ਉਹਨੂੰ ਛੱਡ ਦੇਣਾ ਹੈ 2025 ਤੋਂ ਇਨ ਕੰਟਰਾਸਟ ਦ ਫੇਟ ਆਫ ਦ ਏਜਿੰਗ ISS ਇਨ ਔਰਬਿਟ ਫੋਰ ਮੋਰ ਦੈਨ 2 decades ਰਿਮੇਨਸ ਅਨਸਰਟੇਨ ਇਹ ਵੈਸੇ ਵੀ 2024 ਤੱਕ ਕਹਿੰਦੇ ਆਪਾਂ ਇਹਨਾਂ ਨੇ ਰਿਟਾਇਰ ਹੋ ਜਾਣਾ ਖਰਾਬ ਹੋ ਜਾਣਾ ਕਿਉਂਕਿ ਲਾਈਫ ਹੁੰਦੀ ਹੈ ਯਾਰ ਵੇਅਰ ਐਂਡ ਟੇਅਰ ਚੱਲਿਆ ਰਹਿੰਦਾ ਸਪੇਸ ਵਿੱਚ ਅਤੇ ਰਸ਼ੀਆ ਨੇ ਕਹਿਤਾ ਵੀ 2025 ਤੱਕ ਇਹ ਛੱਡ ਦੂਗਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਾਰੇ ਵੀ ਸਾਨੂੰ ਜਾਣਨਾ ਜ਼ਰੂਰੀ ਹੈ ਦੇਖੋ ਯਾਰ ਪੇਪਰ ਜਿਹੜੀ ਤਿਆਰੀ ਕਰਨ ਨਾ ਤੁਸੀਂ ਜੇ PPSC ਦੀ ਤਿਆਰੀ ਕਰਦੇ ਹੋ ਫਿਰ ਹੋਰ ਕਿਸੇ ਪੇਪਰ ਦੀ ਵੀ ਤਿਆਰੀ ਕਰ ਰਹੇ ਇਹ ਸਾਰੀ ਜਿਹੜੀ ਚੀਜ਼ਾਂ ਮੈਂ ਕਰਾ ਰਿਹਾ ਸਾਰਾ ਸਟੈਟਿਕ ਜੀਕੇ ਦਾ ਪਾਰਟ ਆ ਜਾਂਦਾ ਅਤੇ ਤੁਹਾਡੇ ਕੋਲ ਸਿੱਧਾ ਸਿੱਧਾ ਸਵਾਲ ਆ ਜੂਗਾ ਕਦੋਂ ਸਟਾਰਟ ਹੋਇਆ ISS ਬਣਨਾ 1998 ਵਿੱਚ ਹੋਇਆ ਤੁਹਾਡਾ ਕੀ ਨਾ ਆਪਣਾ ਕਦੋਂ ਪੂਰਾ ਹੋਊਗਾ ਇਹਨਾਂ ਚਾਈਨਾ ਦਾ 2022 ਵਿੱਚ ਹੋਊਗਾ ਕਿੰਨੇ ਸਾਲ ਕਿੰਨੇ ਕਦੋਂ ਖਤਮ ਹੋ ਜੂਗਾ ਜਿਹੜਾ 2024 ਵਿੱਚ ਹੋਊਗਾ ISS ਖਤਮ ਹੋ ਜੂਗਾ 2024 ਵਿੱਚ ਹੋ ਜੂਗਾ ਕਿਹੜੀ ਕੰਟਰੀ ਨੇ ਕਹਿਤਾ ਵੀ ਅਸੀਂ ਛੱਡ ਦੇਣਾ ਰਸ਼ੀਆ ਨੇ ਕਹਿਤਾ ਕਦੋਂ ਛੱਡਣਾ 2025 ਨੇ 25 'ਚ ਕਹਿਣਾ ਛੱਡਣਾ ਕਿੰਨੀ ਕੰਟਰੀ ਨੇ ਮਿਲ ਕੇ ਬਣਾਇਆ ਤਾਂ ਕਿੰਨੀ ਕੰਟਰੀ ਨੇ ਆਹ ਦੇਖੋ 5 different ਸਪੇਸ ਏਜੰਸੀਜ਼ ਰਿਪ੍ਰਜੈਂਟਿੰਗ 15 ਕੰਟਰੀਆਂ ਨੇ ਬਣਾਇਆ ਕਿਹੜੀ ਕਿਹੜੀ ਨਾਸਾ ਹੋ ਗਿਆ ਅਮੈਰੀਕਾ ਦੀ ਗੱਲ ਹੋ ਗਈ ਰਸ਼ੀਆ ਰੋਸ ਕੋਸਮੋਸ ਤੀਜਾ ਯੂਰਪ ਚੌਥਾ ਕੈਨੇਡਾ ਅਤੇ ਪੰਜਵਾਂ ਜਪਾਨ ਆਹ ਜਿਹੜੀ 5 different ਸਪੇਸ ਏਜੰਸੀਜ਼ ਇੰਕਲੂਡਿੰਗ ਇਹਨਾਂ ਦੇ ਅੰਦਰ ਆ ਜਾਂਦੀ ਹੈ 15 ਕੰਟਰੀਜ਼ ਇਹਨਾਂ ਨੇ ਮਿਲ ਕੇ ਇਹਨੂੰ ਬਣਾਇਆ ਸੀ ਤਾਂ ਇਹਦਾ ਪਹਿਲਾ ਜਿਹੜਾ ਕੰਪੋਨੈਂਟ ਸੀ 1998 ਵਿੱਚ ਹੋਇਆ ਸੀ ਐਂਡ ISS ਇਜ਼ ਨਾਓ ਦ ਲਾਰਜੈਸਟ ਹਿਊਮਨ ਮੇਡ ਬੋਡੀ ਇਨ ਲੋ ਅਰਥ ਔਰਬਿਟ LEO ਕਿਹਾ ਜਾਂਦਾ ਜਿਹਨੂੰ ਸਭ ਤੋਂ ਵੱਡੀ ਹਿਊਮਨ ਮੇਡ ਓਬਜੈਕਟ ਹੋ ਜਾਂਦੀ ਹੈ ਉਹ ਬਸ ਹੋਰ ਤੁਹਾਨੂੰ ਇਹ ਸੈਕਿੰਡ ਪੁਆਇੰਟ ਪੜ੍ਹਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਬੇਸਿਕ ਗੱਲਾਂ ਯਾਦ ਕਰਨੀਆਂ ਕਿੱਥੇ ਹੁੰਦਾ ਲੋ ਅਰਥ ਔਰਬਿਟ ਵਿੱਚ ਹੁੰਦਾ ਇਹ ਕਦੋਂ ਸਟਾਰਟ ਹੋਇਆ ਸੀ 98 ਵਿੱਚ ਹੋਇਆ ਸੀ ਕਿੰਨੀ ਸਪੇਸ ਏਜੰਸੀ ਨੇ 5 space agencies ਨੇ ਕਿੱਥੇ ਗਿਆ ਪੈ ਨੇ ਯਾਰ 5 space agencies ਨੇ ਅਤੇ 15 countries ਨੇ ਕਿਹੜੀ ਕਿਹੜੀ ਕੰਟਰੀਜ਼ ਹੋ ਜਾਂਦੀ ਹੈ USA ਹੋ ਜਾਂਦੀ ਹੈ ਰਸ਼ੀਆ ਹੋ ਜਾਂਦੀ ਹੈ ਯੂਰੋਪੀਅਨ ਯੂਨੀਅਨ ਹੋ ਜਾਂਦਾ ਹੈ ਕੈਨੇਡਾ ਹੋ ਜਾਂਦਾ ਹੈ ਅਤੇ ਪੰਜਵਾਂ ਜਪੈਨ ਹੋ ਜਾਂਦਾ ਇਹ ਗੱਲਾਂ ਧਿਆਨ ਰੱਖਣੀਆਂ ਇਹਨਾਂ ਵਿੱਚੋਂ ਕਿਹਨੇ ਕਹਿਤਾ ਰਸ਼ੀਆ ਕਹਿੰਦਾ ਆਪਾਂ ਛੱਡ ਦੇਣਾ ਕਦੋਂ ਛੱਡ ਦੇਣਾ 2025 ਵਿੱਚ ਅਤੇ ਵੈਸੇ ISS ਨੇ ਕਦੋਂ ਪੂਰਾ ਮਤਲਬ ਉਹਦੀ ਜਿਹੜੀ ਏਜ ਐਕਟ ਪੂਰੀ ਹੋ ਜਾਣੀ ਹੈ 2024 ਤੱਕ ਇਹ ਤੋਂ ਬਾਅਦ ਇਹਨਾਂ ਨੂੰ ਕਹੇਗੇ ਵੀ ਆਪਾਂ ਰਿਪੇਅਰ ਰਿਪੇਅਰ ਕਰਦੇ ਆਪਾਂ ਪੈਸੇ ਪੂਸੇ ਲਾਉਂਦੇ ਬਟ ਰਸ਼ੀਆ ਨੇ ਕਹਿਤਾ ਆਪਾਂ ਛੱਡ ਦੇਣਾ ਕਿਉਂ ਹੁਣ ਦੇਖ ਰਹੇ ਤੁਸੀਂ ਵਰਲਡ ਦੇਖੋ ਕਿੱਦਾਂ ਘੁੰਮਦਾ ਡਿਪਲੋਮੇਸੀ ਦੇਖੋ ਚਾਈਨਾ ਦਾ ਪੂਰਾ ਹੋ ਜੂਗਾ ਤਿਆਰ 2022 ਦੇ ਐਂਡ ਤੱਕ ਹੈ ਨਾ ਅਤੇ ਰਸ਼ੀਆ ਅਤੇ ਚਾਈਨਾ ਦੀ ਸਾਨੂੰ ਸਭ ਨੂੰ ਪਤਾ ਕਿੰਨੀ ਜ਼ਿਆਦਾ ਬਣਦੀ ਹੈ ਉਹਨਾਂ ਨੂੰ ਉਹ S-500 ਦੇਣ ਨੂੰ ਵੀ ਤਿਆਰ ਹੋ ਰਹੇ ਨੇ SCO ਵਿੱਚ ਵੀ ਬਹੁਤ ਨਾਲ ਨੇ ਬ੍ਰਿਕਸ ਵਿੱਚ ਵੀ ਇੰਡੀਆ ਵੀ ਹੈ ਲੇਕਿਨ ਇੰਡੀਆ ਤੁਹਾਨੂੰ ਪਤਾ ਚਾਈਨਾ ਨਾਲ ਕਿੰਨੀ ਬਣਦੀ ਹੈ ਕਿੰਨੀ ਨਹੀਂ ਬਣਦੀ ਰਸ਼ੀਆ ਹੁਣ ਕੀ ਕਰੂਗਾ ਹੁਣ ਬਸ ਚਾਈਨਾ ਦੀ ਹੈਲਪ ਕਰਨਾ ਸ਼ੁਰੂ ਕਰੂਗਾ ਚਾਈਨਾ ਤੋਂ ਫੇਵਰ ਲਊਗਾ ਤਾਂ ਕਰਕੇ ਕਹਿੰਦੇ ਵੀ ਤੁਸੀਂ ਚਲੋ ਪਰੇ ਕਿਉਂਕਿ USA ਕਰ ਕੀ ਰਿਹਾ USA ਵੈਸੇ ਵੀ ਰਸ਼ੀਆ ਉੱਤੇ ਸੈਂਕਸ਼ਨ ਲਾਉਣ ਨੂੰ ਫਿਰ ਰਿਹਾ ਤੁਹਾਨੂੰ ਪਤਾ ਹੀ ਹੈ ਜਿਹੜਾ ਉਹਨਾਂ ਦਾ ਐਕਟ ਹੈ ਕੀ ਨਾ ਉਹਦਾ ਕਾਟਸਾ ਐਕਟ ਹੈ ਜਿਹੜਾ ਕਾਊਂਟਰਿੰਗ ਅਮੈਰੀਕਾ ਐਡਵਰਸਰੀ ਥਰੂ ਸੈਂਕਸ਼ਨਸ ਐਕਟ ਹੈ ਜਿਹੜਾ ਯਾਦ ਹੈ ਤੁਹਾਨੂੰ ਅਸੀਂ ਕਰਾਇਆ ਮੈਂ ਕਰਾਇਆ ਤੁਹਾਨੂੰ ਕਾਟਸਾ ਜਿਹੜਾ ਇਹਨਾਂ ਦਾ ਕਾਊਂਟਰਿੰਗ ਅਮੈਰੀਕਾ ਐਡਵਰਸਰੀ ਥਰੂ ਸੈਂਕਸ਼ਨਸ ਐਕਟ ਹੈ ਜਿਹੜਾ ਉਹ ਵੀ ਕਾਹਦੇ ਲਈ ਹੈ ਰਸ਼ੀਆ ਲਈ ਤਾਂ ਹੈ ਉਹ ਮੇਨਲੀ ਉਹ ਤੋਂ ਬਾਅਦ ਤਾਂ ਇਰਾਨ ਅਤੇ ਨੌਰਥ ਕੋਰੀਆ ਤਾਂ ਨਾਲ ਨੇ ਵੈਸੇ ਰਸ਼ੀਆ ਲਈ ਤਾਂ ਹੈ ਮੇਨ ਅਤੇ ਇੰਡੀਆ ਕੋਲ ਜਿਹੜਾ S-400 ਆਏ ਨੇ ਇਹਦੇ ਬਾਰੇ ਵੀ ਤਾਂ ਹੀ ਡਰ ਲਮਕ ਰਿਹਾ ਇੰਡੀਆ ਉੱਤੇ ਕਿਉਂਕਿ ਅਮੈਰੀਕਾ ਕਹੂੰਗਾ ਵੀ ਅਸੀਂ ਤੁਹਾਡੇ ਉੱਤੇ ਸੈਂਕਸ਼ਨ ਲਾ ਦੂੰਗੇ ਤਾਂ ਇਹ ਗੱਲਾਂ ਤੁਸੀਂ ਧਿਆਨ 'ਚ ਰੱਖਣੀਆਂ ਥੋੜ੍ਹਾ ਜਿਹਾ ਇੰਟਰਨੈਸ਼ਨਲ ਰਿਲੇਸ਼ਨ ਵਾਲੀ ਗੱਲਾਂ ਨੇ ਥੋੜ੍ਹਾ UPSC PCS ਲੈਵਲ ਆ ਗਿਆ ਬਟ ਕੋਈ ਗੱਲ ਨਹੀਂ ਚਲੋ ਲਾਰਜੈਸਟ ਐਵਰ ਰਾਈਨੋ ਟ੍ਰਾਂਸਫਰ ਹੋਇਆ ਲਾਰਜੈਸਟ ਸਭ ਤੋਂ ਵੱਡਾ ਰਾਈਨੋ ਟ੍ਰਾਂਸਫਰ ਹੋਇਆ ਰੀਸੈਂਟਲੀ 30 white rhinos 30 rhinos ਟ੍ਰਾਂਸਫਰ ਕੀਤੇ ਸਾਊਥ ਅਫਰੀਕਾ ਤੋਂ ਰਵਾਂਡਾ ਕੀਤੇ ਔਨ ਬੋਰਡ ਆ ਬੋਇੰਗ 747 ਚਾਰਟਰਡ ਪਲੇਨ ਉੱਤੇ ਇਹਨਾਂ ਨੇ ਟ੍ਰਾਂਸਫਰ ਕੀਤੇ ਦੇ ਵਰ ਟ੍ਰਾਂਸਫਰਡ ਇਨ ਲਾਈਟ ਆਫ ਇਨਕਰੀਜ਼ਿੰਗ ਥ੍ਰੈਟ ਆਫ ਇਲੀਗਲ ਪੋਚਿੰਗ ਸਮਝਦੇ ਜਿਹੜੇ ਹੰਟਿੰਗ ਕਰਦੇ ਆ ਲੋਕ ਹੰਟਿੰਗ ਕਰਕੇ ਫਿਰ ਇਹਨਾਂ ਦਾ ਇਹ ਜਿਹੜਾ ਹੌਰਨ ਹੁੰਦਾ ਇਹ ਵੇਚ ਦਿੰਦੇ ਇਹਨਾਂ ਦੀ ਖਾਲ ਵੇਚ ਦਿੰਦੇ ਆ ਉਹਦੇ ਲਈ ਤਾਂ 30 white rhinos ਸਾਊਥ ਅਫਰੀਕਾ ਤੋਂ ਰਵਾਂਡਾ ਕੀਤੇ ਇਹਨਾਂ ਨੇ ਇੱਕ ਚਾਰਟਰ ਪਲੇਨ ਕਰਕੇ ਇਟ ਵਾਜ਼ ਦ ਲਾਰਜੈਸਟ ਸਿੰਗਲ ਟ੍ਰਾਂਸਫਰ ਆਫ ਵਾਈਟ ਰਾਈਨੋਸ ਐਵਰ ਵਾਈਟ ਰਾਈਨੋਸ ਨੇ ਤਾਂ ਥੋੜ੍ਹੇ ਨੇ IUCN ਸਟੇਟਸ ਇਹਨਾਂ ਦਾ ਹੋ ਜਾਂਦਾ ਕ੍ਰਿਟੀਕਲੀ ਇੰਡੇਂਜਰਡ ਔਰ ਪੋਸੀਬਲੀ ਐਕਸਟਿੰਕਟ ਇਨ ਦਾ ਵਾਈਡ ਮਤਲਬ ਕਿ ਬਹੁਤ ਜ਼ਿਆਦਾ ਘੱਟ ਮਾਤਰਾ ਵਿੱਚ ਨੇ ਇਹ ਸਾਡੇ ਲਈ ਇਹ ਇੰਪੋਰਟੈਂਟ ਹੋ ਜਾਂਦਾ ਠੀਕ ਹੈ ਜੀ ਚਲੋ ਤਾਂ ਵਾਈਟ ਰਾਈਨੋ ਬਾਰੇ ਗੱਲ ਕਰਨੀ ਪੈਣੀ ਹੈ ਆਰ ਆਲਸੋ ਨੋਨ ਐਜ਼ ਇਹਨਾਂ ਨੂੰ ਕਿਹਾ ਜਾਂਦਾ ਸਕੁਏਅਰ ਲਿਪਸ ਰਾਈਨੋਸ ਵਾਈਲ ਦੇਅਰ ਸਾਇੰਟੀਫਿਕ ਨੇਮ ਇਜ਼ ਸੇਰਾਟੋਥੀਰੀਅਮ ਸਿਮਮ ਤੁਹਾਡੇ ਕੋਲ ਸਿੱਧਾ ਸਵਾਲ ਆ ਸਕਦਾ ਵਾਈਟ ਰਾਈਨੋ ਦਾ ਸਾਇੰਟੀਫਿਕ ਨੇਮ ਕੀ ਹੈ ਸੇਰਾਟੋਥੀਰੀਅਮ ਸਿਮਮ ਦੇ ਆਰ ਦਾ ਲਾਰਜੈਸਟ ਐਕਸਟੈਂਟ ਸਪੀਸੀਜ਼ ਆਫ ਰਾਈਨੋਸੋਰਸ ਦੇ ਹੈਵ ਅ ਵਾਈਡ ਮਾਊਥ ਵਿਚ ਯੂਜ਼ ਫਾਰ ਗ੍ਰੇਜ਼ਿੰਗ ਦੇ ਆਰ ਕੰਸੀਡਰਡ ਐਜ਼ ਦਾ ਮੋਸਟ ਸੋਸ਼ਲ ਅਮੰਗ ਆਲ ਰਾਈਨੋ ਸਪੀਸੀਜ਼ ਇਹਦੇ ਬਾਰੇ ਗੱਲਾਂ ਦੇਖੋ ਧਿਆਨ 'ਚ ਰੱਖਣੀ ਹੈ ਇਹ ਮੈਂ ਟਾਈਮ ਪਾਸ ਲਈ ਨਹੀਂ ਲਿਖਦਾ ਤੁਹਾਨੂੰ ਲੱਗੇ ਵੀ ਮੈਂ ਬੋਰ ਹੋ ਰਿਹਾ ਤਾਂ ਮੈਂ ਤੁਹਾਡੇ ਲਈ ਲਿਖ ਦਿੰਦਾ ਟਾਈਮ ਪਾਸ ਨਹੀਂ ਹੈ ਇਹ ਪੇਪਰਾਂ ਵਿੱਚ ਜ਼ਰੂਰੀ ਆਉਂਦੀ ਹੈ ਸਟੈਟਿਕ ਜੀ ਕੇ ਤੁਹਾਡਾ ਇਹੋ ਜਿਹਾ ਹੀ ਆਇਆ ਕਰੂਗਾ
ਤਾਂ ਵਰਲਡ ਦੀ ਲੌਂਗੈਸਟ ਮੈਟਰੋ ਲਾਈਨ ਓਪਨਡ ਇਨ ਸ਼ੰਘਾਈ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਇੰਡੀਆ ਦੀ ਪਹਿਲੀ ਸਭ ਤੋਂ ਪਹਿਲੀ ਮੈਟਰੋ ਕਿੱਥੇ ਹੋਈ ਸੀ? 1984 ਵਿੱਚ ਕਿੱਥੇ ਹੋਈ ਸੀ? ਕੋਲਕਾਤਾ ਵਿੱਚ ਹੋਈ ਸੀ, ਤੁਹਾਨੂੰ ਯਾਦ ਹੋਵੇ। ਹੁਣੇ ਹੁਣੇ ਮੋਦੀ ਜੀ ਨੇ ਕਿੱਥੇ ਕੀਤੀ ਇਨੋਗਰੇਟ? ਮੋਦੀ ਜੀ ਨੇ ਕੀਤੀ ਕਾਨਪੁਰ ਵਿੱਚ ਕੀਤੀ। ਤਾਂ ਵਰਲਡ ਦੀ ਲੌਂਗੈਸਟ ਮੈਟਰੋ ਲਾਈਨ ਹੋ ਚੁੱਕੀ ਸ਼ੰਘਾਈ ਵਿੱਚ। ਦ ਸਿਟੀ ਓਪਨ 2 ਨਿਊ ਮੈਟਰੋ ਲਾਈਨ, ਲਾਈਨ 14 ਐਂਡ ਫੇਜ਼ 1 ਆਫ ਲਾਈਨ 18, ਵਿਦ ਦਿਸ ਟੋਟਲ ਲੈਂਥ ਹੋ ਚੁੱਕੀ ਹੈ 831 ਕਿਲੋਮੀਟਰ। ਛੋਟੀ ਦੀ ਸਿਟੀ ਹੈ ਜਿਹੜੀ ਸ਼ੰਘਾਈ, 831 ਕਿਲੋਮੀਟਰ ਦੀ ਉੱਥੇ ਹੋ ਚੁੱਕੀ ਹੈ। ਮੈਟਰੋ ਲਾਈਨ ਫੁੱਲੀ ਆਟੋਮੈਟਿਕ ਲਾਈਨ ਵਿਲ ਕੰਟਰੀਬਿਊਟ 167 ਕਿਲੋਮੀਟਰ ਟੂ ਦ ਟੋਟਲ ਲੈਂਥ ਆਫ ਦ ਮੈਟਰੋ ਨੈਟਵਰਕ ਇਸਟੈਬਲਿਸ਼ ਇਨ ਦਾ ਸਿਟੀ। ਸ਼ੰਘਾਈ ਵਿੱਚ ਕਿਹਦਾ ਹੈਡਕੁਆਰਟਰ ਹੈ? ਐਨਡੀਬੀ ਦਾ। ਐਨਡੀਬੀ ਕੀ ਹੈ? ਨਿਊ ਡਿਵੈਲਪਮੈਂਟ ਬੈਂਕ ਹੈ। ਕਿਹਦਾ ਇਹ? ਬ੍ਰਿਕਸ ਦਾ ਹੈ। ਕਿਹੜੀ ਕਿਹੜੀ ਨਵੀਂ ਕੰਟਰੀ ਆਈ ਇਹਦੇ ਅੰਦਰ? ਬਾਂਗਲਾਦੇਸ਼ ਆਈ ਹੈ, ਉਰੂਗੁਏ ਆਈ ਹੈ, ਇਜਿਪਟ ਆਈ ਹੈ ਅਤੇ UAE ਆਈ ਹੈ। ਇਹ ਗੱਲਾਂ ਸਾਨੂੰ ਯਾਦ ਨੇ ਜੀ। ਰਸ਼ੀਆ ਚਾਈਨਾ ਦੀ ਹੈਲਪ ਕਰੂੰ ਤਾਂ ਇਸ 500 ਉਹਨਾਂ ਦੇ ਉਹਨਾਂ 'ਤੇ ਹੀ ਚੱਲਣੇ। ਰਸ਼ੀਆ ਚਾਈਨਾ ਦੀ ਹੈਲਪ ਕਰੂੰ ਤਾਂ ਉਹਨਾਂ 'ਤੇ ਕਿੱਦਾਂ ਚੱਲੂਗੇ? ਦੇਖੋ, ਲੜਾਈ ਲੜੂਈ ਤਾਂ ਔਖੀ ਗੱਲ ਹੈ, ਲੜਾਈ ਲੜਾਈ ਤਾਂ ਦੂਰ ਦੀ ਗੱਲ ਹੋ ਗਈ। ਇੰਡੀਆ ਕੋਲ ਵੀ S-500 ਆ ਜਾਣਾ, ਚਾਈਨਾ ਕੋਲ ਵੀ ਆ ਜਾਣਾ, ਕੁਛ ਨਹੀਂ ਹੋਣਾ ਉਹ। ਅਤੇ ਉਹ ਮਿਸਾਈਲ ਥੋੜ੍ਹੀ ਹੈ, ਉਹ ਤਾਂ ਮਿਸਾਈਲ ਡਿਫੈਂਸ ਸਿਸਟਮ ਹੈ। ਮੰਨ ਲਓ ਜੀ, S-400 ਹੁਣ ਜਿਹੜਾ ਪੰਜਾਬ ਸੈਕਟਰ ਵਿੱਚ ਲੱਗਿਆ, ਤੁਹਾਡੇ ਤੋਂ ਸਵਾਲ ਸਿੱਧਾ ਸਿੱਧਾ ਆ ਸਕਦਾ ਵੀ S-400 ਕਿੱਥੇ ਲਾਇਆ? ਇਹ ਲਾਇਆ ਜੀ ਪੰਜਾਬ ਸੈਕਟਰ ਵਿੱਚ ਲਾਇਆ। ਤਾਂ ਜੇ ਮੰਨ ਲਓ ਪਾਕਿਸਤਾਨ ਜਾਂ ਫਿਰ ਚਾਈਨਾ ਵੱਲੋਂ ਕੋਈ ਮਿਸਾਈਲ ਆਉਂਦੀ ਹੈ, ਤਾਂ ਜਿਹੜਾ S-400 ਅਤੇ S-500 ਹੈ, ਇਹ ਮਿਸਾਈਲ ਡਿਫੈਂਸ ਸਿਸਟਮ ਹੈ। ਮਿਸਾਈਲ ਨੂੰ ਥੱਲੇ ਨਹੀਂ ਆਉਣ ਦਊਗਾ, ਹਵਾ 'ਚ ਹੀ ਉਡਾ ਦੂਗਾ। ਚਲੋ, ਤਾਂ ਜੀ ਟਾਈਗਰ ਡੈਥਸ ਇਨ ਇੰਡੀਆ, ਇਹਦੇ ਬਾਰੇ ਇੱਕ ਰਿਪੋਰਟ ਆਈ ਹੈ। ਅਕੋਰਡਿੰਗ ਟੂ ਦ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਿਟੀ, ਇਨ 2021 ਕਿੰਨੀ ਡੈਥਸ ਹੋਈਆਂ ਨੇ? ਟੋਟਲ ਡੈਥ ਹੋਈਆਂ ਨੇ 126 ਟਾਈਗਰ ਦੀ ਡੈਥ ਹੋਈਆਂ ਨੇ। MP ਵਿੱਚ ਸਭ ਤੋਂ ਜ਼ਿਆਦਾ 44, ਮਹਾਰਾਸ਼ਟਰ ਵਿੱਚ ਉਹ ਤੋਂ ਬਾਅਦ 26 ਅਤੇ ਕਰਨਾਟਕਾ ਵਿੱਚ 14। ਸਟੇਟਸ ਦੀ ਗੱਲ ਕਰੇ IUCN ਦੀ, ਇੰਡੇਂਜਰਡ ਨੇ ਇਹ, ਅਤੇ 2015 ਵਿੱਚ ਹੋਏ ਸੀ ਜਿਹੜਾ ਸੈਂਸਸ, ਉਹਦੇ ਵਿੱਚ 3062 ਅਤੇ ਇਹ ਸੀਗੇ। ਅਤੇ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਕਿੱਥੇ ਨੇ? ਇੰਡੀਆ ਵਿੱਚ ਸਭ ਤੋਂ ਜ਼ਿਆਦਾ ਟਾਈਗਰ ਸੀ MP ਕੋਲ ਨੇ ਕਿ ਕਰਨਾਟਕਾ ਕੋਲ ਨੇ? ਦੱਸੋ ਕਿਹਦੇ ਕੋਲ ਨੇ, MP ਜਾਂ ਫਿਰ ਕਰਨਾਟਕਾ? ਕਿਹਦੇ ਕੋਲ ਨੇ ਟਾਈਗਰ ਸਾਡੇ ਕੋਲ ਇੰਡੀਆ ਵਿੱਚ? ਤੁਸੀਂ ਜਿਹੜਾ ਟਾਈਮ ਬਹੁਤ ਲਾਉਣਾ। ਤਾਂ ਜੀ ਮੱਧ ਪ੍ਰਦੇਸ਼ ਕੋਲ ਨੇ ਸਭ ਤੋਂ ਜ਼ਿਆਦਾ ਟਾਈਗਰ ਇੰਡੀਆ ਵਿੱਚ, ਮੱਧ ਪ੍ਰਦੇਸ਼ ਕੋਲ ਨੇ। ਠੀਕ ਹੈ ਜੀ, ਇਹ ਗੱਲ ਅਸੀਂ ਧਿਆਨ 'ਚ ਰੱਖਣੀ ਹੈ। ਟਾਈਮ ਕਿੰਨਾ ਹੋ ਗਿਆ? ਓ ਯਾਰ, ਟਾਈਮ ਵੀ ਲੰਘ ਗਿਆ, ਹਜੇ ਤਾਂ ਬਹੁਤ ਕੁਛ ਪਿਆ। ਤਾਂ ਜੀ ਇਹਦੇ ਬਾਰੇ ਆਪਾਂ ਕੱਲ੍ਹ ਕੰਟੀਨਿਊ ਕਰਾਂਗੇ, ਠੀਕ ਹੈ ਜੀ? ਅਤੇ ਇਹਦੇ ਬਾਰੇ ਕੰਟੀਨਿਊ ਕਰਦੇ ਹਾਂ ਆਪਾਂ ਕੱਲ੍ਹ। ਕਾਫੀ ਜ਼ਿਆਦਾ ਕਰੰਟ ਅਫੇਅਰ ਰਹਿ ਗਏ ਨੇ, ਥੋੜ੍ਹੀ ਜਿਹੀ ਆਪਾਂ ਐਕਸਪਲੇਨੇਸ਼ਨ ਕੱਲ੍ਹ ਘੱਟ ਰੱਖਾਂਗੇ, ਕਿਉਂਕਿ ਪਿਛਲਾ ਵਾਲਾ ਕਵਰ ਕਰਨਾ ਥੋੜ੍ਹਾ ਜ਼ਰੂਰੀ ਹੈ। ਉਹ ਤੋਂ ਬਾਅਦ ਹੁਣ 4 ਵਜੇ ਮਿਲਦੇ ਹਾਂ ਦੁਬਾਰੇ, ਆਪਾਂ ਕਰਾਂਗੇ ਅਵਾਰਡਸ ਨੇ ਜਿਹੜੇ, ਜ਼ਰੂਰ ਆਇਓ। ਅਵਾਰਡਸ ਨੇ ਜਿਹੜੇ 2021 ਦੇ ਰੈਪਿਡ ਫਾਇਰ ਰਿਵੀਜ਼ਨ ਕਰਨੀ, ਸਾਰੇ ਮਿਕਸ ਅਵਾਰਡਸ ਨੇ, ਰੈਪਿਡ ਫਾਇਰ ਰਿਵੀਜ਼ਨ ਕਰਾਂਗੇ ਆਪਾਂ ਵਧੀਆ ਤਰੀਕੇ ਨਾਲ, ਠੀਕ ਹੈ? ਚਲੋ ਜੀ, ਸਤਿ ਸ਼੍ਰੀ ਅਕਾਲ, ਆਲ ਦਾ ਬੈਸਟ, ਧਿਆਨ।